ਲੈ ਤੜਕੇ ਦੇ ਡੀਕੀ ਜਾਂਦੇ ਹਾਂ, ਕੱਲ੍ਹ ਦਾ ਫੋਨ ਲਾਇਆ ਕਿ ਮੈਂ ਡੱਬਾ ਲੈ ਕੇ ਆਉਂਦੀ ਹਾਂ, ਹਜੇ ਤੱਕ ਕੁੜੀ ਜੀ ਕਿਤੇ ਦਿੰਦੀ ਨਹੀਂ, ਰੜਕਦੀ ਨਹੀਂ। ਮੈਨੂੰ ਤਾਂ ਲੱਗਦਾ ਨਹੀਂ ਡੱਬੇ ਲੈ ਕੇ ਆਊਗੀ, ਕਿਹੜੇ ਡੱਬੇ ਲੈ ਕੇ ਆਊਗੀ। ਉਹੀ ਕਹਿਤਾ ਹੋਊ ਇਹਨੂੰ ਵੀ ਬਾਈ ਮੈਨੂੰ ਨੌਕਰੀ ਮਿਲ ਗਈ, ਮੈਂ ਡੱਬਾ ਲੈ ਕੇ ਆਉਂਦੀ ਹਾਂ। ਆਉਣਾ ਕਿਹੜਾ ਉਹਨੇ, ਪਤਾ ਹੀ ਹੈ ਮੈਨੂੰ ਬੁੜੀ ਕਿੱਥੇ ਉਹਨੂੰ ਆਉਣ ਦਿੰਦੀ, ਉਹਦੀ ਕਿੱਥੇ ਪੁੱਗਦੀ ਆ ਇੰਨੀ, ਕਿੱਥੇ ਉਹਦੀ ਉਹੀ ਗੱਲ ਹਿੰਮਤ ਹੈ ਵੀ ਉਹ ਡੱਬਾ ਲੈ ਕੇ ਆਪਣੇ ਕੋਲ ਆ ਜੇ। ਉਹ ਤਾਂ ਜੇ ਬੁੜੀ ਆਰਡਰ ਕਰੂਗੀ ਫੇਰ ਆਊਗੀ, ਬੁੜੀ ਨੇ ਲਾ ਤਾ ਆਊ ਜਿੰਦਾ, ਕਹਿੰਦੀ ਉਹ ਵੀ ਜਾਣਾ ਨਹੀਂ, ਟੇਕੇ ਬਹਿ ਜਾ ਜੇ ਗਈਆਂ ਤਾਂ ਜਾਣਦੀ ਹੈ। ਐਂ ਨਹੀਂ ਪਤਾ ਆਪਦੇ ਪੇਕੀ ਪੁੱਕੀਆਂ ਆਪ ਉੱਡ ਗਈ ਹੋਵੇ ਬੁੜੀ ਡੱਬਾ ਲੈ ਕੇ, ਇਹੋ ਜਿਹੀ ਕੋਈ ਹੈ। ਹੁਣ ਤਾਂ ਆਪਦੇ ਪੇਕੇ ਯਾਦ ਆ ਗਏ ਹੋਣਗੇ ਬਥੇਰਾ ਵੀ ਮੇਰੀ ਨੂੰਹ ਲੱਗ ਗਈ ਹੈਂ, ਅਤੇ ਜਦੋਂ ਉਹੀ ਗੱਲ ਪੈਸੇ ਲਿਜਾਣੇ ਸੀ ਉਦੋਂ ਪੇਕੇ ਰੀਂਦੇ ਸੀਗੇ, ਹੁਣ ਪੇਕੇ ਆਪਦੇ ਦਿਸ ਗਏ ਹੋਣਗੇ। ਮੈਨੂੰ ਤਾਂ ਜਮਾਂ ਪੱਕਾ ਯਕੀਨ ਹੈ ਬੁੜੀ 'ਤੇ ਵੀ ਜਮਾਂ ਆਪਦੇ ਪੇਕੀ ਗਈ ਆ ਉਹ ਡੱਬਾ ਲੈ ਕੇ, ਨਾ ਪਾਇਆ ਮੁੜ ਕੇ, ਕਿਹੜੇ ਵਕਤ ਵੇਲੇ ਹੋ ਗਏ ਗਏ ਨੂੰ, ਉੱਡ ਜਾਂਦਾ ਬਾਹਰ ਨੂੰ। ਓਕੇ ਮੈਂ ਜਾ ਕੇ ਉਹਨਾਂ 2 ਮਿੰਟ ਗਿਆ ਅਤੇ ਆਇਆ, ਹਜੇ ਤੱਕ ਆਇਆ ਨਹੀਂ। ਹੁਣ ਡੀਕੀ ਜਾਓ ਲੈ ਬੈਠੇ, ਮੈਂ ਤਾਂ ਹੁਣ ਆਏ ਸੀ ਵੀ ਚਾਹ ਦੀ ਕੁੱਟ ਕਰ ਲੈਂਦੇ, ਵਧੀਆ ਜੀ ਚਾਹ ਬਣਾਊਂਗੀ। ਮੈਨੂੰ ਤਾਂ ਐਂ ਸੀ ਵੀ ਕੋਈ ਬਰਫੀ ਬੁਰਫੀ ਦਾ ਡੱਬਾ ਲੈ ਕੇ ਆਊਗੀ, ਵਧੀਆ ਲੈ ਕੇ ਆਊਗੀ, ਚੱਲ ਖਾ ਲਾਂਗੇ। ਮੈਨੂੰ ਤਾਂ ਨਹੀਂ ਲੱਗਦਾ ਜਿਹੜੇ ਹਿਸਾਬ ਨਾਲ ਕੋਈ ਚੱਲੀ ਜਾਂਦਾ ਕੰਮ, ਕਿਹੜੇ ਇਹਨਾਂ ਨੇ ਡੱਬੇ ਲਿਆਉਣੇ, ਕਿਹੜਾ ਕੁਛ ਖਵਾਉਣਾ। ਮੈਂ ਤਾਂ ਕੱਪੜਿਆਂ ਦੀ ਤੈਅ ਕਰਾਂ ਜਾ ਕੇ, ਲਿਆਂਦੀ ਆ ਡੱਬੇ। ਭੈਣ ਨੂੰ ਫੋਨ ਲਾਈ ਜਾਂਦੇ ਹਾਂ, ਬੰਦ ਹੀ ਆਈ ਜਾਂਦਾ, ਪਤਾ ਨਹੀਂ ਕੀ ਹੋ ਗਿਆ। ਉਹ ਐਂ ਸੀਗਾ ਚੱਲ ਕਹਿੰਦੀ ਸੀ ਕੱਲ੍ਹ, ਮੈਂ ਬਾਈ ਮਿਠਾਈ ਦੇ ਡੱਬੇ ਲੈ ਕੇ ਆਊਂ, ਡੱਬੇ ਤਾਂ ਕੀ ਲੈ ਕੇ ਆਉਣੇ ਸੀਗੇ, ਫੋਨ ਹੀ ਨਹੀਂ ਚੱਕਦੀ, ਫੋਨ ਮਿਲਦੇ ਹੀ ਨਹੀਂਗਾ, ਪਤਾ ਨਹੀਂ ਕੀ ਕਾਰਨ ਹੋਇਆ ਪਿਆਗਾ। ਲੈ ਹੁਣ ਤਾਂ ਨਾ ਆਹ ਨੀਰਾ ਤਾਂ ਮੈਂ ਲੈ ਕੇ ਆਉਂਦੀ ਹਾਂ ਵੱਢ ਕੇ, ਅਤੇ ਦੇਖ ਲੈ ਗੁਆਂਢਣਾ ਵੀ ਬਿੜਕਾ ਲੈਣ ਲੱਗ ਗਈਆਂ ਵੀ ਪਤਾ ਨਹੀਂ ਕਿੱਥੇ ਜਾਂਦੀ ਹੈ ਰਾਜਵੀਰ ਫਰਸ ਪਾ ਪਾ। ਅਤੇ ਹੁਣ ਮਹਾਰਾਜ ਨੇ ਸਾਡੇ 'ਤੇ ਕਿਰਪਾ ਕਰਤੀ ਪਰਮਾਤਮਾ ਨੇ, ਅਤੇ ਸਾਡੇ 'ਤੇ ਚੰਗੇ ਦਿਨ ਆ ਗਏ। ਜੋ ਸਾਡੇ 'ਤੇ ਮਾੜੇ ਸੀਗੇ ਹਰੇਕ ਹੀ ਬੁੱਲ ਕੜ ਕੜ ਲੰਘਦਾ ਸੀ ਸਾਡੇ ਕੰਨੀ ਵੀ ਇਹ ਤਾਂ ਅਸੀਂ ਫਿਰਦੀਆਂ ਰਹਿੰਦੀਆਂ ਤੁਰੀਆਂ ਵੀ ਕਦੇ ਉੱਧਰ ਵਜ ਜਾਂਦੀਆਂ ਕਦੇ ਉੱਧਰ ਵਜ ਜਾਂਦੀਆਂ, ਕੌਲਿਆਂ ਨਾਲ ਵੱਜਦੀਆਂ ਫਿਰਦੀਆਂ। ਮਹਾਰਾਜ ਨੇ ਕੌਲਿਆਂ ਨਾਲ ਵੱਜ ਨੂੰ ਹਟਾਤਾ, ਵਧੀਆ ਮਹਾਰਾਜ ਨੇ ਸੁਣ ਲਈ, ਨੌਕਰੀ ਮਿਲ ਗਈ। ਅੱਜ ਮੇਰੇ ਨੂੰਹ ਵਿਚਾਰੀ ਲੈਣ ਗਈ ਹੈਗੀ ਲੈਟਰ ਨੌਕਰੀ ਵਾਲਾ, ਅਤੇ ਕਿਰਪਾ ਕਰਤੀ ਰੱਬ ਵੀ ਮੀਂਹ ਪਾਉਣ ਲੱਗ ਗਿਆ। ਕਹਿੰਦੇ ਹੁੰਦੇ ਜਦੋਂ ਚੰਗੇ ਦਿਨ ਆ ਜਾਣ ਤਾਂ ਮਹਾਰਾਜ ਵੀ ਖੁਸ਼ ਹੋ ਜਾਂਦਾ, ਖੁਸ਼ ਹੋ ਰਿਹਾ ਪਰਮਾਤਮਾ ਵੀ ਤਾਂ ਮੇਰੇ 'ਤੇ ਚੰਗਾ ਮਹਾਰਾਜ ਹਜੇ ਮੇਰੇ 'ਤੇ ਦਿਨ ਆਏ, ਮੇਰੇ ਨੂੰਹ ਨੂੰ ਨੌਕਰੀ ਮਿਲੀ, ਸਭ ਨੂੰ ਹੀ ਮਿਲੇ। ਮੈਂ ਤਾਂ ਐਂ ਕਹਿੰਦੀ ਵੀ ਸਭ ਦਾ ਹੀ ਭਲਾ ਹੋਵੇ, ਅਤੇ ਸਭ ਹੀ ਮਹਾਰਾਜਾ ਦੇ ਘਰ ਰੱਜ ਕੇ ਰੋਟੀ ਖਾਵੇ, ਅਤੇ ਕਾਹਨੂੰ ਕਿਸੇ ਦੇ ਮੰਗਣ ਜਾਵੇ, ਜਿਹੜਾ ਦੇ ਕੇ ਨਾ ਮੰਗੇ ਤੂੰ ਹੀ ਦੇਵੇਂ। ਹਾਂ ਜਿਹੜਾ ਤੂੰ ਦੇ ਕੇ ਲੇਖਾ ਨਹੀਂ ਮੰਗਦਾ ਮਹਾਰਾਜ, ਲੋਕ ਤਾਂ ਉਹਦੀ ਲੇਖਾ ਮੰਗ ਲੈਂਦੇ ਆ, ਉਹਦੀ ਭਰਜਾਈ ਕੋਲ ਜਾਂਦੀਆਂ, ਕਿੰਨਾ ਕੁਛ ਕਰਿਆ ਉਹਦੀ ਭਰਜਾਈ ਨੇ ਮਹਾਰਾਜ, ਅਸੀਂ ਤਾਂ ਉਹਦੀ ਭਰਜਾਈ ਨੂੰ ਵੱਧ ਦੇ ਕੇ ਆਵਾਂਗੇ। ਮੈਂ ਤਾਂ ਇਹੀ ਸੋਚਦੀ ਸੀ, ਚੱਲ ਮੇਰੀ ਸੁਣ ਲਈ ਮਹਾਰਾਜ ਨੇ ਵੀ ਤੁਰੇ ਫਿਰਦੀਆਂ ਸੀਗੀਆਂ ਕਮਲਿਆਂ ਵਾਂਗੂ, ਕਹਾਉਂਦੀਆਂ ਕਹਾਉਣਾ ਕਿਹੜਾ ਸੌਖਾ ਪਿਆ ਕਿਸੇ ਤੋਂ, ਕਹਾਉਣਾ ਵੀ ਬਹੁਤ ਔਖਾ ਹੈ। ਜਦੋਂ ਕੁਛ ਕੋਲੇ ਨਹੀਂ ਸੀ, ਪੱਲੇ ਨਹੀਂ ਸੀ, ਆਪੇ ਕਹਾਉਣਾ ਪੈਂਦਾ ਸੀ, ਫਿਰ ਹੀ ਕਹਾਉਂਦਾ ਬੰਦਾ ਜਦੋਂ ਕੋਲੇ ਨਾ ਹੋਵੇ। ਤੂੰ ਮੈਂ ਹਰੇਕ ਕਹਿੰਦਾ ਤਾਂ ਕਿ ਪੈਸੇ ਮੰਗਣ ਜਾਣਦੀਆਂ, ਇਹ ਤਾਂ ਤਾਂ ਪੈਸੇ ਮੰਗਣ ਆਉਂਦੇ ਆ, ਇਹਨਾਂ ਦਾ ਜੀਵ ਨੂੰ ਜਿੰਦੇ ਲਾਉਣ ਵਾਲੇ ਹੈ। ਚੱਲ ਸਾਡੇ ਤਾਂ ਮਹਾਰਾਜ ਨਹੀਂ ਸੁਣ ਲਈ, ਹੁਣ ਤੁਹਾਡੀਆਂ ਜੀਵਾਂ ਨੂੰ ਜਿੰਦੇ ਲੱਗ ਜਾਣ। ਅੰਦਰ ਆ ਜਾਓ, ਮੈਂ ਤਾਂ ਉਰੇ ਹਾਂ, ਬਾਹਰ ਮੈਂ ਕਿੰਨਾ ਕੁ ਚਿਰ ਬੈਠੀ ਝਾਕੀ ਆਵਾਂ, ਤੜਕੇ ਦੀ ਲੱਗੀ ਤੇਰੀ ਭੈਣ ਨੂੰ ਡੀਕਣ ਨਾ। ਤੂੰ ਤਾਂ ਕੱਲ੍ਹ ਹੱਥ ਹੁੰਦਾ ਕਹਿੰਦਾ ਸੀ ਕਿ ਭੈਣ ਆਉਂਦੀ ਹੈ ਡੱਬਾ ਲੈ ਕੇ, ਭੈਣ ਹਜੇ ਤੱਕ ਨਹੀਂ ਰੜਕੀ ਕਿਤੇ। ਉਹ ਤੂੰ ਤਾਂ ਮੈਨੂੰ ਮਿਹਣੇ ਮਾਰਨ ਲੱਗ ਜਾਂਦੀ ਹੈ, ਤੈਨੂੰ ਮਿਹਣੇ ਨਾ ਮੈਂ ਤਾਂ ਹੋਰ ਕੀ ਕਰਾਂ, ਤਹੀਂ ਕਿਹਾ ਸੀ ਕਈ ਵਾਰੀ ਫੋਨ ਲਾ ਲਿਆ ਭੈਣ ਨੂੰ, ਫੋਨ ਭੈਣ ਦਾ ਬੰਦ ਹੀ ਆਈ ਜਾਂਦਾ, ਉਹ ਮੈਨੂੰ ਤਾਂ ਚਿੰਤਾ ਹੋਈ ਪਈ ਹੈਗੀ। ਫੋਨ ਬੰਦ, ਫੇਰ ਤਾਂ ਬਸ ਕਰਤਾ ਕੰਮ ਬੁੜੀ ਨੇ, ਜਿਹਦਾ ਫੋਨ ਵੀ ਬੰਦ ਹੋ ਗਿਆ।
ਕਰਾਤਾ ਬੁੜੀ ਨੇ ਬੰਦ ਫੋਨ, ਵੀ ਤੈਨੂੰ ਫੋਨ ਲਾਉਣਗੇ, ਫੋਨ ਬੰਦ ਕਰ ਦੇ, ਕੋਈ ਡੱਬਾ ਨਹੀਂ ਲੈ ਕੇ ਜਾਣਾ। ਜੇ ਰਾਜਵੀਰ ਵਾਲਾ ਫੋਨ ਨੀ ਲੱਗਦਾ ਤੇਰੇ ਨਾਲ ਤਾਂ ਬਣਦੀ ਏ ਬੁੜੀ ਦੀ, ਉਹੀ ਗੱਲ ਮੇਰੇ ਨਾਲ ਨੀ ਬਣਦੀ, ਮੈਨੂੰ ਇਹ ਨੀ ਪਤਾ ਕੀ ਬੋਲੂ ਮੂਹਰੋਂ, ਫੇਰ ਲੜਾਈ ਹੋ ਜੇ, ਤੂੰ ਉਹਦੀ ਸੱਸ ਦਾ ਲਾ ਨੰਬਰ। ਇਹ ਤਾਂ ਗੱਲ ਤੇਰੀ ਠੀਕ ਹੈ ਨਾ, ਮੈਨੂੰ ਐ ਲੱਗਦਾ ਵੀ ਰਾਜਵੀਰ ਨੂੰ ਨੀ ਆਉਣ ਦਿੱਤਾ ਬੁੜੀ ਨੇ, ਆਪ ਗਈ ਆ ਬੁੜੀਆ ਦੇ ਪੇਕੀ ਡੱਬਾ ਲੈ ਕੇ। ਉਹ ਕੋਲੋਂ ਮਨ ਘੜ ਤਾਂ ਤੂੰ ਕਿਉਂ ਗੱਲਾਂ ਬਣਾਉਣੀ ਹੁੰਦੀ, ਗੱਲਾਂ ਬਣਾਉਣੀ ਆ, ਹੁਣ ਤਾਂ ਵੱਡੀ ਹੁੰਦੀ ਐ, ਹੁਣ ਨੀ ਹੈਗੀ ਗਰੀਬ, ਹੁਣ ਤਾਂ ਇਹ ਕਹਿੰਦੀ ਹੂੰ ਮੇਰੀ ਨੂੰਹ 50,000 ਤੇ ਲੱਗ ਗਈ ਪੇਕੀ ਡੱਬਾ ਲੈ ਕੇ ਉੱਡ ਗਈ ਹੂੰ। ਉਹ ਚੰਗੀ ਗੱਲ ਹੈ ਜੇ ਮੇਰੀ ਭੈਣ ਕੇ ਵੱਡੇ ਹੁੰਦੇ ਨੇ, ਕੀ ਮਾੜੀ ਗੱਲ ਹੈ। ਲੈ ਮੈਂ ਕਦ ਕਹਿੰਦੀ ਆ, ਮੈਂ ਤਾਂ ਵੱਡਾ ਉਹੀ ਗੱਲ ਕਰਦੀ ਸੀ ਤੇਰੀ ਭੈਣ ਨੂੰ ਵੱਡੀ ਕਰਦੀ ਸੀ ਵੀ ਡੱਬਾ ਲੈ ਕੇ ਆਉਂਦੀ, ਸਾਰੇ ਆਂਢ ਗੁਆਂਢ ਚ ਦੱਸਦੀ ਵੀ ਸਾਡੀ ਕੁੜੀ ਨੂੰ ਨੌਕਰੀ ਮਿਲ ਗਈ। ਉਹ ਖਬਰ ਭੈਣ ਨੂੰ ਕੀ ਡਿੱਕਾ ਲੱਗੇਗਾ, ਤੂੰ ਕੋਲੇ ਗੱਲਾਂ ਬਣਾਈ ਜਾਨੀ ਹੈ ਨਾ। ਤੈਨੂੰ ਕੀ ਪਤਾ ਵੀ ਡਿੱਕਾ ਲੱਗਿਆ ਭੈਣ ਨੂੰ, ਤੂੰ ਕੋਲੇ ਗੱਲਾਂ ਬਣਾਈ ਜਾਨਾ ਫਿਰ। ਕੋਈ ਤਾਂ ਹੁਣ ਫੋਨ ਹੀ ਨਹੀਂ ਲੱਗਦਾ, ਜੇ ਕੋਈ ਫੋਨ ਤੇ ਗੱਲਬਾਤ ਹੋਵੇ ਫੇਰ ਹੀ ਗੱਲ ਦਾ ਪਤਾ ਲੱਗੇ। ਕਰ ਲਾ ਫਿਰ, ਹੁਣ ਬੁੜੀ ਦਾ ਲਾ ਲਾ ਫੋਨ। ਉਹ ਮਾਸੀ ਦਾ ਫੋਨ ਲਾਉਣਾ, ਇਹ ਤੇਰੀ ਗੱਲ ਵਧੀਆ, ਮੇਰੇ ਤਾਂ ਖਿਆਲ ਚ ਨਹੀਂ ਆਇਆ। ਖਿਆਲ ਚ ਤਾਂ ਤੇਰੇ ਕੁਛ ਵੀ ਨਹੀਂ ਆਉਂਦਾ, ਗੱਲ ਕਰ ਲੈਂਦਾ ਮਾਸੀ ਨਾਲ। ਨਾ ਤਾਂ ਕੁਛ ਤੇਰੇ ਖਿਆਲ ਚ ਆਵੇ, ਨਾ ਤੇਰੀ ਭੈਣ ਦੇ ਆਵੇ, ਤੁਹਾਡੇ ਤਾਂ ਖਿਆਲ ਚ ਤਾਂ ਭੈਣ ਭਰਾਵਾਂ ਦੇ ਕੁਛ ਆਉਂਦਾ ਹੀ ਨਹੀਂ, ਤੁਹਾਨੂੰ ਦੱਸਣਾ ਪੈਂਦਾ ਸਾਰਾ ਕੁਛ। ਉਹ ਰਹਿਣ ਦਿਆ ਕਰ ਤੂੰ ਇਹਨਾਂ ਗੱਲਾਂ ਨੂੰ। ਰਹਿਣ ਦੇ ਕੀ ਰਹਿਣ ਨੇ, ਰਹਿਣ ਦੀ ਆ ਮੈਂ ਤਾਂ ਬੋਲੀ ਬੋਲੀ ਕਿੱਦਾਂ। ਉਹ ਚੰਗਾ ਹੁਣ ਚੁੱਪ ਰਹੀ, ਮੈਂ ਮਾਸੀ ਨਾਲ ਗੱਲ ਕਰ ਦਾਂਗਾ। ਮਾੜੇ ਵੱਡੀ ਆਵਾਜ਼ ਲਾ ਕੇ ਉਹਦੇ ਨਾਲ ਗੱਲ ਕਰ, ਤੇ ਮੈਂ ਪਤਾ ਕਰਦੀ ਆ ਵੀ ਬੋਲਦੀ ਕੀ ਹੈ ਬੁੜੀ, ਤੂੰ ਮੈਨੂੰ ਦੱਸਦਾ ਘੱਟ ਹੈ। ਤੂੰ ਵਿੱਚ ਬੋਲੀ ਜਾਏਗੀ ਗੱਲ ਮਸਾਂ ਤਾਂ ਗੱਲ ਠੀਕ ਹੋਈ, ਤੂੰ ਫੇਰ ਨਾ ਗੱਲ ਕਦੇ ਖਰਾਬ ਕਰਦੇ। ਨਹੀਂ ਬੋਲਦੀ ਮੈਂ, ਤੂੰ ਕਰ ਲੈ ਗੱਲ, ਮੈਂ ਚੁੱਪ ਰਹੂੰ ਤੇਰੇ ਕੋਲੇ, ਬਸ ਚੱਲ ਕਰ ਗੱਲ। ਜੇ ਤੂੰ ਚੁੱਪ ਰਹੀ ਹੈ ਫੇਰ ਤਾਂ ਸਾਰੀਆਂ ਗੱਲਾਂ ਹੀ ਮੁੱਕ ਜਾਣਾ, ਤੂੰ ਕਿੱਥੇ ਚੁੱਪ ਰਹੀ ਨਹੀਂ ਹੈ। ਮੂੰਹ ਬੰਦ ਕਰ ਦੇ, ਚੇਪੀ ਲਿਆ ਕੇ ਲਾ ਦੇ ਮੇਰੇ ਮੂੰਹ ਤੇ। ਚੱਕ ਲਿਆ ਹੁਣ ਤਾਂ। ਸਤਿ ਸ੍ਰੀ ਅਕਾਲ ਮਾਸੀ। ਕਰਨੀ ਹੈ ਗੱਲ ਤੂੰ? ਕਰ ਲਾ ਕਰ ਲਾ, ਤੂੰ ਹੀ ਕਰ ਲਾ, ਮੈਂ ਕਰਨੀ ਹੈ ਗੱਲ ਇਹਦੇ ਨਾਲ। ਮਾਸੀ ਠੀਕ ਹੈ ਸਾਰੇ ਪਰਿਵਾਰ? ਠੀਕ ਹੈ ਠੀਕ ਹੈ ਭਾਈ, ਤੂੰ ਸੁਣਿਆ? ਮਾਸੀ ਤੈਨੂੰ ਵਧਾਈਆਂ। ਮਾਸੀ ਸਮਝ ਘੱਟ ਆਉਂਦੀ ਹੈ, ਪਤਾ ਨਹੀਂ ਕੀ ਗੱਲ। ਮਾਸੀ ਨਾਲ ਵੀ ਗੱਲ ਪੂਰੀ ਨੀ ਹੁੰਦੀ। ਲੈ ਨਾ ਚੱਜ ਦਾ ਲੈ ਲਓ ਫੋਨ, ਖੜੀਪਾ ਚੱਕੀ ਫਿਰ ਤੂੰ। ਉਹ ਐ ਬੋਲੀ ਇਹਨੇ, ਗੱਲ ਹੀ ਕਰ ਲੈ ਤੂੰ, ਕਰ ਲੈ ਗੱਲ, ਆਪੇ ਕਰ ਲੈ ਗੱਲ। ਮਾਸੀ ਪੁੱਛੋ ਨੂੰ, ਮਾਸੀ ਮੈਂ ਤਾਂ ਐ ਪੁੱਛਦਾ ਸੀਗਾ, ਮੈਂ ਪਹਿਲਾਂ ਭੈਣ ਵਾਲਾ ਫੋਨ ਵੀ ਲਾਇਆ ਸੀਗਾ, ਉਹ ਬੰਦ ਆਈ ਜਾਂਦਾ, ਕੀ ਗੱਲ? ਨਾ ਭੈਣ ਮਾਨਸਾ ਗਈ ਹੋਈ ਅੱਜ? ਅੱਛਾ, ਜੁਆਇੰਗ ਲੈਟਰ ਲੈਣ ਗਈ ਹੈ। ਤੇ ਮਾਸੀ ਉਹ ਨਾ ਐਂ ਸੀਗੀ, ਗੱਲ ਕਰਨੀ ਸੀ ਵੀ ਕਹਿੰਦੀ ਸੀ ਵੀ ਸਾਡੇ ਕੋਲੇ ਮਿਠਾਈ ਦਾ ਡੱਬਾ ਲੈ ਕੇ ਉਹ ਭੈਣ, ਫਿਰ ਉਧਰੋਂ ਸਿੱਧੀ ਆਊ ਮਾਨਸਾ ਨੂੰ ਸਾਡੇ ਕੋਲੇ। ਮਾਸੀ ਤੂੰ ਆਏਗੀ? ਨਾ ਉਧਰੋਂ ਫਿਰ ਲੇਟ ਹੋ ਜੂ ਭੈਣ। ਚੱਲ ਠੀਕ ਹੈ ਮਾਸੀ, ਕੋਈ ਗੱਲ ਨੀ, ਤੂੰ ਆਜੀ, ਖੁਸ਼ੀ ਦੀ ਗੱਲ ਹੈ, ਭੈਣ ਕਦੇ ਫੇਰ ਆਜੂ ਚੜੀ। ਆਹੋ ਮੈਂ ਆਉਂਗੀ, ਮੈਂ ਲੈ ਕੇ ਆਉਂਗੀ।
ਹਾਂ ਚੰਗਾ ਮਾਸੀ ਮੈਂ ਤਾਂ ਹੀ ਪੁੱਛਣਾ ਸੀਗਾ ਬਸ। ਚੰਗਾ ਭਾਈ ਚੰਗਾ ਕੱਟ ਦੇ ਹੁਣ ਤਾਂ ਫੋਨ ਲਾ ਲਿਆ ਤੇ ਕਿਵੇਂ ਲਾ ਲਿਆ ਤਾਂ ਅੱਗੇ ਤਾਂ ਲਾਇਆ ਨਹੀਂ ਕਿੰਦੇ ਕੱਟ ਬਸ ਮਾਸੀ ਆਈ ਲਾਇਆ ਸੀਗਾ। ਸਤਿ ਸ਼੍ਰੀ ਅਕਾਲ ਮਾਸੀ। ਮਾਸੀ ਫੇਟੀ ਕਾ ਤੋਂ ਨਾ ਕੱਟਿਆ ਨਹੀਂ ਆਂਦਾ ਲੈ ਉਹ ਕਹਿੰਦੀਆਂ ਕਿ ਮੈਂ ਆਉਂਦੀ ਆਂ ਡੱਬਾ ਇੱਕ ਦਾ ਤੂੰ ਕਿ ਮੈਂ ਆਉਂਦੀ ਆਂ ਡੱਬਾ ਲੈ ਕੇ ਉਹ ਕੀ ਲੈਣ ਆਉਂਦੀ ਹੱਕ ਤਾਂ ਕੁੜੀ ਦਾ ਆਉਣ ਦਾ। ਉਹ ਜਦੋਂ ਭੈਣ ਮਾਨਸਾ ਗਈ ਹੋਈ ਆ ਕੋਈ ਜੁਆਇਨਿੰਗ ਲੈਟਰ ਲੈਣ ਗਈ ਆ ਉਹਦੀ ਨੌਕਰੀ ਦਾ ਜੁਆਇਨਿੰਗ ਲੈਟਰ ਲੈਣ ਗਈ ਆ ਲੈ ਕੇ ਆਪਣੇ ਕੋਲੇ ਆ ਜਾਂਦੀ ਉਹ ਉਹਨੂੰ ਉੱਥੇ ਕਬੇੜਾ ਹੋ ਜਾਊਗਾ ਜੇ ਮਾਸੀ ਫੜਾ ਲਈ ਡੱਬਾ ਮਠਾਈ ਦਾ ਫਿਰ ਕੀ ਗੱਲ ਹੈ। ਹੁਣ ਤਾਂ ਤੇਰੀ ਭੈਣ ਮੁਲਾਜ਼ਮ ਬਣ ਗਈ ਹੁਣ ਨਹੀਂ ਆਪਣੇ ਕੋਲੇ ਉਹ ਆਉਂਦੀ ਉਹ ਜੇ ਮੇਰੀ ਭੁੱਲ ਜਾ ਭੈਣ ਜੇ ਮੁਲਾਜ਼ਮ ਬਣ ਗਈ ਤੈਨੂੰ ਬਾੜੀਆਂ ਮਿਰਚਾਂ ਲੱਗੀ ਜਾਂਦੀਆਂ ਨੇਗੀਆਂ ਮੈਨੂੰ ਤਾਂ ਕੋਈ ਮਿਰਚਾਂ ਨਹੀਂ ਲੱਗਦੀਆਂ ਐ ਕਰ ਤੂੰ ਫੋਨ ਮੈਨੂੰ ਦੇ ਕੇ ਜਾ ਮੈਂ ਮਾੜੀ ਜੀ ਗੱਲ ਕਰਨੀ ਆ ਦੀ ਮਾਂ ਨਾਲ ਤੇ ਜਾ ਤੂੰ ਆਪਣਾ ਕੰਮ ਕਰ ਨਾ ਵਿੱਚ ਬੋਲੀ ਆ ਮਾਸੀ ਨਹੀਂ ਗੱਲ ਕਰ ਲੈਂਦੀ ਆ ਮਾਸੀ ਨਾਲ ਕਰ ਲੈਂਦੀ ਮਾਸੀ ਦੇਗਾ ਤੈਨੂੰ ਸਿੱਧਾ ਬੋਲਦੀ ਸੀ ਫੋਨ ਤੇ ਸਿੱਧਾ ਬੋਲਦੀ ਸੀ ਤੂੰ ਪਤਾ ਨਹੀਂ ਕੀ ਬੋਲੀ ਹਜੇ ਤਾਂ ਆਈ ਪਤਾ ਨਹੀਂ ਮਾਸੀ ਕੀ ਕਹੂ ਤੈਨੂੰ ਪਤਾ ਸਭਾ ਕਿੰਨਾ ਭੈੜਾ ਮਾਸੀ ਦਾ ਹੋਵੇ ਫਿਰ ਭੈੜਾ ਮੈਂ ਹੀ ਡਰਦਾ ਹੋਵਾਂਗਾ ਬੁੜੀ ਤੂੰ ਮੈਂ ਨਹੀਂ ਡਰਦੀ ਡਰਦੀ ਜਾਂ ਤੇਰੀ ਭੈਣ ਡਰਦੀ ਹੈ ਜਾ ਉਹਦਾ ਕੰਮ ਕਰ ਜਾ ਕੇ ਡਰਦਾ ਮੈਂ ਵੀ ਨਹੀਂ ਹੈਗਾ ਫਿਰ ਡਰਦਾ ਨਹੀਂ ਬੋਲਦਾ ਦੇਖ ਕੇ ਮੇਰੇ ਫੋਨ ਤੇ ਮੱਚੀ ਮੱਚੀ ਵੀ ਤੂੰ ਚੱਜ ਨਾਲ ਗੱਲ ਕਰ ਲੈ ਡਰਦਾ ਕਿਉਂ ਹੈ ਡਰੀ ਗਿਆ ਜਿਵੇਂ ਕੋਈ ਬੰਬ ਛੱਡਦੀ ਹੁੰਦੀ ਹੈ ਬੁੜੀ ਹੁਣ ਲਾਉਰੇ ਆ ਜੂਗੀ ਪਤਾ ਨਹੀਂ ਕੀ ਪੰਗੇ ਪਾਊਗੀ ਮੇਰਾ ਤੇ ਜੀਆਂ ਕਰਦਾ ਮਾਂ ਦੇ ਪੇਕੀ ਭਾਜਾਂ ਝੋਲਾ ਚੱਕ ਕੇ ਉਧਰ ਤਾਂ ਕਣੀਆਂ ਵੀ ਆਈ ਜਾਂਦੀਆਂ ਹੈਗੀਆਂ ਆਪਦੇ ਭਰਾ ਨੇ ਲਾਇਆ ਸੀ ਫੋਨ ਕਿ ਮਾਸੀ ਡੱਬਾ ਦੇ ਆਉਂਦੇ ਆਈਆਂ ਰਾਜਵੀਰ ਵੀ ਮੈਨੂੰ ਕਹਿ ਗਈ ਸੀ ਵੀ ਡੱਬਾ ਦੇ ਜੀ ਦੇ ਆਈ ਬੇਬੇ ਫਿਰ ਜਦੋਂ ਫੜਾਈ ਉਹਨੇ ਜੀ ਤਾਂ ਮੇਰਾ ਕਰਦਾ ਨਹੀਂ ਉਹਨਾਂ ਦੇ ਜਾਣ ਉਹਦੇ ਭਰਜਾਈ ਦੇ ਮੱਥੇ ਲੱਗਣ ਨੂੰ ਜੀ ਨਹੀਂ ਕਰਦਾ ਮੇਰਾ ਹੁਣ ਮੈਂ ਕੀ ਕਰਾਂ ਜਾਣਾ ਤਾਂ ਪਊਗਾ ਜਦੋਂ ਫਿਰ ਰਾਜਵੀਰ ਰੱਖੂਗੀ ਫਿਰ ਲੈ ਕੇ ਨਹੀਂ ਗਈ ਮੈਂ ਤੈਨੂੰ ਕਹਿ ਕੇ ਗਈ ਸੀ ਵੀ ਡੱਬਾ ਫੜਾਏ ਮੇਰੇ ਭਰਾ ਨੂੰ ਉਧਰੋਂ ਭਰਾ ਫੋਨ ਕਰੀ ਜਾਂਦਾ ਹੁਣ ਤਾਂ ਦੇਖ ਲਾ ਭਰਾ ਨੇ ਵੀ ਫੋਨ ਲਾ ਲਿਆ ਪਹਿਲਾਂ 15 ਦਿਨ ਹੋ ਗਏ ਸੀ ਭਰਾ ਨੇ ਬਾਤ ਨਹੀਂ ਪੁੱਛੀ ਵੀ ਕਿਤੇ ਪੈਸੇ ਨਾ ਮੰਗ ਲੈਣ ਸਾਥੋਂ ਆਏ ਹੁਣ ਅਸੀਂ ਪੈਸੇ ਸਾਥੋਂ ਮੰਗਣ ਜੋਗਰੇ ਕਾਹਨੂੰ ਰਹਿਗੇ ਮਹਾਰਾਜ ਹੁਣ ਤਾਂ ਅਸੀਂ ਦੇਣ ਜੋਗਰੇ ਹੀ ਰਹਿਗੇ ਉਹਨਾਂ ਨੂੰ ਫੜਾਈ ਆਉਣੀ ਤਾਂ ਬਾਹਰ ਤਰ ਕੇ ਆ ਜੀ ਮੇਰੇ ਤਾਂ ਜੀ ਕਰਦਾ ਚੱਲ ਖੁਸ਼ੀ ਤਾਂ ਦੇ ਕੇ ਆ ਮੱਚੂਗੀ ਨੇ ਇਹਦੀ ਭਰਜਾਈ ਮਤਲਬ ਇਹਦੀ ਭਰਜਾਈ ਦੇ ਨਾ ਚਾਹ ਵੀ ਨਹੀਂ ਪੀਂਦੀ ਤਰ ਕੇ ਡੱਬਾ ਮੈਂ ਕਹਿ ਦੂੰ ਆਹ ਲਓ ਡੱਬਾ ਭੈਣੇ ਆਪਦਾ ਲੱਡੂਆਂ ਵਾਲਾ ਅਤੇ ਆਹ ਤੁਹਾਡੀ ਨਣਦ ਲੱਗ ਗਈ ਨੌਕਰੀ 'ਤੇ ਪਰ ਮੈਂ ਖੁਸ਼ੀ ਮਨਾਓ ਕੁਛ ਕਰੋ ਮੈਂ ਤਾਂ ਆਪਦੇ ਪੇਕੀ ਦੇ ਕੇ ਆਊਂਗੀ ਡੱਬੇ ਇਹਨਾਂ ਕੋਲ ਦੇ ਕੇ ਜਾਊਂ ਉਹਨਾਂ ਕੋਲ ਤਾਂ ਹੁਣ ਮੈਨੂੰ ਸਰਦਾ ਨਹੀਂ ਉਹ ਕਹੇਗੀ ਆਖੂਗੀ ਮੇਰੇ ਭਰਾ ਨੂੰ ਡੱਬਾ ਦੇ ਕੇ ਆਈ ਭਰਾ ਹੁਣ ਫੋਨ ਕਰੀ ਜਾਂਦਾ ਭਰਾ ਨੂੰ ਸ਼ਰਮ ਨਹੀਂ ਆਉਂਦੀ ਫੋਨ ਕਰ ਦੇਣ ਪਰ ਤਾਂ ਲਾਇਆ ਨਹੀਂ ਆਏ ਹੁਣ ਮੁੜੇ ਆਊਂਗੀ ਮੈਂ ਤਾਂ ਘੰਟੇ 'ਚ ਫੜਾ ਕੇ ਮੈਂ ਕਿਹੜਾ ਉੱਥੇ ਰਹਿਣਾ ਹਾਂ ਮਸਾਂ ਆਈ ਹਾਂ ਮੈਂ ਤੁਹਾਡੇ ਤੋਂ ਜੇ ਵਰਤਦੇ ਹੁਣ ਤੁਹਾਡੇ ਤੋਂ ਵਧੀਆ ਲਿਆਉਂਦਾ ਗੁਰਲਾਲ ਜਾ ਕੇ ਆ ਰਾਜਵੀਰ ਮਾਂਗਰ ਲੱਗ ਕੇ ਮੈਂ ਤਾਂ ਕੰਮ ਹੀ ਖਰਾਬ ਕਰ ਲਿਆ ਟੁੱਟ ਕੇ ਬਹਿ ਗਈ ਆਪ ਤਾਂ ਵਰਤਣ ਲੱਗ ਗਈ ਮੈਨੂੰ ਤੋੜਤਾ ਮੈਂ ਤਾਂ ਹੁਣ 25,000 ਰੁਪਇਆ ਮੋੜ ਕੇ ਆਉਣੇ ਭਾਈ ਗਲਤੀ ਮੰਨ ਲੂੰਗੀ ਜਵਾਕਾਂ ਤੋਂ ਹੋਰ ਕੀ ਹੈ ਨਾਲੇ ਰੱਖੜੀ ਬੰਨ ਕੇ ਆਊਂਗੀ ਭੂਆ ਤੈਨੂੰ ਪੇਕਿਆਂ ਦੀ ਕਿੱਧਰੋਂ ਯਾਦ ਆ ਗਈ ਤੂੰ ਕਿਵੇਂ ਆ ਗਈ ਇੰਨੇ ਚਿਰ ਬਾਅਦ ਲੈ ਪੇਕਿਆਂ ਦੀ ਯਾਦ ਆਵੇ ਨਾ ਹਰਪ੍ਰੀਤ ਆ ਰਾਜਵੀਰ ਨੇ ਉਦੋਂ ਕੰਮ ਖਰਾਬ ਕਰਤਾ ਸਾਰਾ ਆਪਦੇ ਮੰਗ ਚੱਲ ਆ ਜਾ ਭੂਆ ਉਹੀ ਗੱਲ ਤੂੰ ਤਾਂ ਵੱਡੀ ਐ ਚੱਲ ਭੂਆ ਹੋਰ ਠੀਕ ਐ ਹਾਂ ਠੀਕ ਆ ਚੱਲ ਭੂਆ ਤੁਸੀਂ ਤਾਂ ਜਿਹੜਾ ਕੁਝ ਕਰਿਆ ਸੀ ਜਦੋਂ ਰਾਜਵੀਰ ਨੂੰ ਮਾਫ ਕਰਤਾ ਤੈਨੂੰ ਵੀ ਮਾਫ ਕਰ ਦੇਣੀ ਆ ਭੂਆ ਕਰਿਆ ਤਾਂ ਬਹੁਤ ਕੁਛ ਸੀ ਤੇ ਹੋਰ ਪੁੱਤ ਮੈਨੂੰ ਤਾਂ ਨਾ ਤਾਂ ਬਾਹਲੀ ਸੰਗ ਆਉਂਦੇ ਸੱਚੀ ਸੋਥੋ ਇਹ ਜਿਹਾ ਕੁਛ ਮੈਂ ਕੀਤੀ ਗੱਲ ਉਹਦੇ ਮੰਗਰ ਲੱਗ ਕੇ ਹੈ ਕਿਉਂ ਮੈਂ ਉਹ ਤਾਂ 25,000 ਲੈਤਾ ਕਿਉਂ ਮੈਂ ਉਹੀ ਗੱਲ ਤੁਹਾਡੇ ਨਾਲ ਟੁੱਟੀ ਆਪ ਤਾਂ ਵਰਤਣ ਲੱਗ ਗਈ ਆਪ ਤਾਂ ਵਰਤਣ ਲੱਗ ਗਈ ਲੈ ਤੈਨੂੰ ਤਾਂ ਤੋੜਤਾ ਨਾ ਤੈਨੂੰ ਤਾਂ ਕੈ ਮਹੀਨੇ ਹੋ ਗਏ ਦੇਖ ਲੈ ਮੁੜ ਕੇ ਤੂੰ ਆਈ ਨਹੀਂ ਅਸੀਂ ਤਾਂ ਬਲਾਈ ਯਾਦ ਕਰਦੇ ਸੀ ਮੈਨੂੰ ਤਾਂ ਆਪ ਘਰੇ ਬੈਠੇ ਨੂੰ ਬੁਲਾ ਆ ਜਾ ਬੁਆ ਅੰਦਰ ਆ ਜਾ ਫਿਰ ਐ ਆਖੀਂਗੀ ਬਾਹਰ ਕੇ ਖੜਾ ਕੀ ਕਹਿਣ ਲੱਗ ਗਈ ਮੈਨੂੰ ਮੈਂ ਕਿਹੜਾ ਤੈਨੂੰ ਕੋਈ ਸੁਣਾਈ ਕਰਦੀ ਆ ਮੈਂ ਤਾਂ ਗੱਲਾਂ ਕਰਦੀ ਆ
ਮੈਂ ਤਾਂ ਪੁੱਤ ਆਇਆ ਸੀਗਾ, ਮੈਂ ਮੈਂ ਤਾਂ ਪੈਸੇ ਮੋੜ ਕੇ ਜਾਊਂਗੀ ਤੁਹਾਡੇ ਅੱਜ ਗੁਰਲਾਲ ਦੇ। ਅੱਛਾ, ਤੇ ਨਾਲੇ ਮੈਂ ਕਿਹਾ ਚੱਲ ਰੱਖੜੀ ਬੰਨ ਦੂੰਗੀ ਅੱਜ, ਮੈਂ ਦੇਣਾ ਗਾ ਰੱਖੜੀ। ਰੱਖੜੀ ਕਰਕੇ ਆਈਆਂ, ਰੱਖੜੀ ਕਰਕੇ ਆਈਆਂ, ਮੈਂ ਚੱਲ ਨਾ ਬਰਤਨ ਲੱਗ ਜਾਂਗਾ ਉਹੀ ਗੱਲ, ਮੈਂ ਕਿਹਾ ਟੁੱਟਾ ਜਦੋਂ ਤਾਂ ਬਰਤਨ ਲੱਗ ਗਈ ਅਗਲੀ। ਉਹ ਤਾਂ ਬਰਤਨ ਲੱਗ ਗਈ, ਉਹ ਤਾਂ ਭੂਆ ਬਥੇਰੇ ਪੈਸੇ ਲੈ ਲੈ ਖਾ ਗਈ ਸਾਥੋਂ, ਤਾਂ ਵਾਧੂ ਖਾਧੇ ਨਾ। ਲੋ ਦੇਖ ਲਾ, ਆਹੋ ਤੇ ਉਹ ਤਾਂ ਸੱਸ ਐਡੀ ਤੇਜ਼ ਹੈ ਜਿੱਡੀ ਕਹਿੰਦੀ, ਤੇ ਫੇਰ ਨਾ ਮੈਨੂੰ ਉਹੀ ਗੱਲ 25,000 ਤੇ ਬਰਾਤਾ ਨਾਲ ਮੈਨੂੰ ਤੁਹਾਡੇ ਨਾਲ ਲੜਤੜਾਤਾ। ਹੈਂ, ਚੱਲ ਆ ਜਾ ਭੂਆ ਬਹਿ ਜਾ, ਮੈਂ ਮੈਨੂੰ ਗੁਰਲਾਲ ਆਈ ਛੱਡ ਕੇ ਗਿਆ ਸੀ ਘਰੇ, ਵੀ ਤੂੰ ਘਰੇ ਰਹਿ ਭੂਆ, ਚੱਲ ਮੈਂ ਜਾਣਾ ਬੀਬੂ ਲੈਣ। ਗਲਤੀ ਬੰਦੇ ਤੋਂ ਨਹੀਂ ਪਤਾ ਲੱਗਦਾ, ਤੇ ਪਛਤਾਈ ਤਾਂ ਮੈਂ ਬਾਲਾ। ਹੁਣ ਤਾਂ ਭੂਆ ਉਹ ਮਾਸਟਰ ਨੀ ਬਣ ਗਈ। ਅੱਛਾ ਰਾਜਵੀਰ, ਆਹੋ ਤੇਰੇ ਕੋਲ ਫੋਨ ਨੀ ਕਰਿਆ? ਪਤਾ ਨੀ ਮੇਰੇ ਕੋਲ ਤਾਂ ਤੇਰੇ ਕੋਲ ਕਿੱਥੋਂ ਕਰੇ, ਮੈਂ ਕਿੰਨੇ ਵਾਰੀ ਕਿਹਾ ਸੀ, ਮੈਂ ਕਹਾਂ ਭੂਆ ਕੋਲੇ ਵਗ ਜਾ, ਕਹਿੰਦੀ ਮੈਂ ਤਾਂ ਭੂਆ ਕੋਲੇ ਜਾਣਾ ਆਉਣਾ ਛੱਡਤਾ, ਕਹਿੰਦੀ ਮੈਂ ਤਾਂ ਭੂਆ ਕੋਲੇ ਜਾਂਦੀ ਨੀ। ਹੁਣ ਆਇਆ ਹੋਗਾ ਵੀ ਮੈਂ ਤਾਂ ਬਰਤਨ ਲੱਗ ਗਈ ਭੂਆ ਨੂੰ ਤੜਾਤਾ, ਵੀ ਹੁਣ ਮੈਨੂੰ ਆਏ ਆਖੂਗੀ ਹਾਂ ਵੀ ਤੜਾਤਾ। ਹੋਰ ਹੁਣ ਉਹੀ ਗੱਲ, ਅੱਜ ਡੱਬਾ ਲੈ ਕੇ ਆਉਣਾ ਸੀ ਉਹਨੇ ਰਾਜਵੀਰ ਨੇ, ਨਹੀਂ ਤਾਂ ਤੈਨੂੰ ਮਿਲੀ ਜਾਂਦੀ, ਤੇ ਅੱਜ ਆਪ ਤਾਂ ਗਈ ਹੋਈ ਉਹ ਲੈਟਰ ਜਾ ਲੈਣ। ਅੱਛਾ, ਮਾਨਸਾ ਗਈ ਹੋਈ ਹੈ ਤੇ ਉਹਦੀ ਸੱਸ ਆਉਂਦੀ ਆ ਡੱਬਾ ਲੈ ਕੇ ਅੱਜ। ਪਾਣੀ ਲੈ ਕੇ ਕੋਈ, ਤੂੰ ਬਹਿਣ, ਤੇਰਾ ਭਤੀਜਾ ਵੀ ਇੱਧਰ ਹੀ ਮੈਨੂੰ ਬਾਹਰ ਨੂੰ ਗਿਆ ਹੋਇਆ ਆਜੂਗਾ। ਚੱਲ ਕੋਈ ਨੀ, ਆਜੂਗਾ ਗੁਰਲਾਲ ਨੂੰ ਚੰਗਾ ਲਿਆ ਮੈਂ ਪਾਣੀ। ਕਿੰਨੀ ਸਿਆਣੀ ਹੈ ਲੈ, ਤਾਂ ਵਿਚਾਰੀ ਨੇ ਫਿਰ ਵੀ ਨੀ ਗੁੱਸਾ ਕੀਤਾ, ਜਾਂ ਕੋਈ ਹੋਰ ਹੁੰਦੀ ਤਾਂ ਅਗਲੀ ਕਹਿੰਦੇ ਇੱਥੇ ਕੀ ਲੈਣ ਆਈ ਨੇ ਤੂੰ ਪੈਸੇ ਲੈ ਗਈ, ਇਹ ਤਾਂ ਇੰਨੀ ਸਿਆਣੀ ਹੈਗੀ, ਬਲਾਈ ਸਿਆਣੀ ਹੈਗੀ। ਕੌਣ ਬੈਠਾ ਹੈ, ਮਾਸੀ ਹੈ ਕਿ ਭੂਆ ਹੈ? ਇਹ ਤਾਂ ਭੂਆ ਹੈ, ਲੈ ਸ਼ੁਕਰ ਹੈ ਰੱਬ ਦਾ ਭੂਆ ਵੀ ਆ ਗਈ ਅੱਜ। ਹੈ, ਅੱਜ ਤਾਂ ਚੰਗੇ ਹੀ ਦਿਨ ਚੜਿਆ ਸੀਗਾ। ਆ ਜਾ ਭਾਈ, ਤੈਨੂੰ ਡਿੱਕੀ ਜਾਂਦੇ ਮੈਂ। ਹਾਂ, ਸਤਿ ਸ੍ਰੀ ਅਕਾਲ ਭੂਆ। ਸਤਿ ਸ੍ਰੀ ਅਕਾਲ, ਹੋਰ ਠੀਕ ਹੋ? ਹਾਂ ਠੀਕ ਹੈ ਭੂਆ, ਹੋਰ ਆਪਣਾ ਪਰਿਵਾਰ ਠੀਕ ਸੀਗਾ ਸਾਰਾ? ਹਾਂ ਸਾਰਾ ਠੀਕ ਹੈ ਪੁੱਤ, ਬਹਿ ਜਾ। ਭੂਆ ਤਾਂ ਤੂੰ ਬੜਾ ਵਧੀਆ ਕਰਿਆ। ਹੋਰ ਪੁੱਤ, ਮੈਂ ਕਿਹਾ ਚੱਲ ਨਾ ਮੈਂ ਰੱਖੜੀ ਬੰਨਿਆ ਵਾ, ਮੈਂ ਤਾਂ ਪੈਸੇ ਮੋੜਨਾ ਹੀ ਆ ਭਾਈ ਤੁਹਾਡੇ 25,000। ਭੂਆ ਤੂੰ ਇਹ ਕਿਹੜੀਆਂ ਗੱਲਾਂ ਕਰੀ ਜਾਣੀ ਹੈ, ਤੇਰਾ ਕੀ ਘਰ ਚ ਕੋਈ ਹਿੱਸਾ ਨੀ ਸੀਗਾ? 25,000 ਕੀ ਗੱਲ ਹੈ? ਮੈਂ ਤਾਂ ਰਾਜਵੀਰ ਦਿਮਾਗਰ ਲੱਗ ਕੇ ਗਲਤੀ ਕਰ ਲਈ, 25,000 ਉਹਨੇ ਮੈਨੂੰ ਦੇਤਾ, ਮੈਂ ਤਾਂ ਉਹਦੀਆਂ ਉਂਗਲਾਂ ਤੇ ਚੜ ਕੇ ਸੁਣਾ ਤੁਹਾਡੇ ਨਾਲ ਵੀ ਟੁੱਟ ਗਈ ਸਮਾਂ ਦੀ। ਭੂਆ ਮੇਰੀ ਗੱਲ ਸੁਣ ਲੈ, ਉਹਦਾ ਸਾਡਾ ਸਾਰਾ ਚੰਗਾ ਹੀ ਹੋ ਗਿਆ, ਮੇਰੀ ਭੈਣ ਨੂੰ ਅਸੀਂ ਬਥੇਰੇ ਪੈਸੇ ਦਿੱਤੇ ਸੀਗੇ, ਉਹਦਾ ਸਾਡੇ ਪੈਸੇ ਦਿੱਤੇ ਰਾਸ ਆ ਗਏ, ਉਹਦਾ ਸਾਡਾ ਨਾ ਸਾਰਾ 5 ਕਿੱਲੇ ਮੇਰੇ ਨਾਲ ਵਾਹਣ ਸਾਰਾ ਕਰਾ ਗਈ ਜ਼ਮੀਨ। ਅੱਛਾ, ਕਰੋੜਾਂ ਰੁਪਈਆਂ ਦੀ ਤਾਂ ਭੂਆ ਸਾਨੂੰ ਜ਼ਮੀਨ ਦੇਗੀ, ਤੇ ਤੇਰੇ ਆਹ ਪੱਚੀਆਂ ਪੁੱਚੀਆਂ ਦੀ ਕੀ ਗੱਲ ਹੈ? ਖਬਰ ਹੈ ਸਾਡਾ ਕੋਈ ਕੰਮ ਤਾਂ ਹੀ ਸਾਂਭ ਰਿਹਾ ਹੋਵੇ, ਜਿਹੜਾ ਮੰਗ ਕੇ ਲੈ ਲਗੋ ਤਾਂ ਅੱਡ ਗੱਲ ਹੈ, ਪੁੱਤ ਉਹਨੇ ਤਾਂ ਚੋਰੀ ਕਰੀ ਸੀ ਫਿਰ। ਉਹ ਫਿਰ ਚੱਲ ਕੀ ਗੱਲ ਹੈ ਭੂਆ, ਮੇਰੀ ਗੱਲ ਸੁਣ ਲੈ, ਉਹਨਾਂ ਦਾ ਵਿਚਾਰੀਆਂ ਦਾ ਕਿਤੇ ਹੱਥ ਨਹੀਂ ਪੈਂਦਾ ਸੀਗਾ, ਉਹਨਾਂ ਦੇ ਕਿਹੜਾ ਸਾਰੇ ਸੀ? ਹੱਥ ਤਾਂ ਨਹੀਂ ਪੈਂਦਾ ਸੀ, ਮੰਗ ਕੇ ਲੈ ਜਾਂਦੀ, ਨਾਲੇ ਉਹੀ ਗੱਲ ਮੈਨੂੰ ਉਹੀ ਨੌਕਰੀ ਮਿਲ ਗਈ, ਤੈਨੂੰ ਪਤਾ ਭੂਆ ਮੈਨੂੰ ਕਿਹੜਾ ਫੋਨ ਕਰ ਦੇਣਾ, ਤੁਸੀਂ ਕਦੇ ਕਰਿਆ ਨਾ, ਉਹਨੇ ਕਦੇ ਕਰਿਆ ਚੰਦਰੀ ਨੇ, ਤੇਰਾ ਭਲਾ ਹੋ ਜਾਏ। ਮੈਨੂੰ ਤਾਂ ਹੁਣ ਤੁਸੀਂ ਦੱਸ ਦਿਓਗੇ ਭੂਆ, ਮੈਨੂੰ ਤਾਂ ਐਂ ਸੀਗਾ ਮਹਾ ਕਦੇ ਤੈਨੂੰ ਪਤਾ ਵੀ ਤੂੰ
ਤਾਂ ਹੀ ਆਈ ਆ ਵੀ ਖੁਸ਼ੀ ਦੀ ਗੱਲ ਹੈ। ਤਾਂ ਮੈਂ ਤਾਂ ਸੰਗ ਦੀ ਮਾਰੀ ਨਾ ਮੈਂ ਕਦੇ ਫੋਨ ਲਾਇਆ ਵੀ ਮੈਂ ਤਾਂ ਆਹ ਕੰਮ ਕਰਤਾ। ਭੂਆ ਅੱਜ ਤਾਂ ਨਾ ਮੇਰੀ ਭੈਣ ਨੇ ਆਉਣਾ ਸੀਗਾ ਮਠਿਆਈ ਦਾ ਡੱਬਾ ਲੈ ਕੇ, ਤੇ ਉਹਨੂੰ ਵਿਚਾਰੀ ਨੇ ਨਾ ਮਾਨਸਾ ਜਾਣਾ ਪੈ ਗਿਆ, ਜੁਆਇਨ ਕਲੈਕਟਰ ਲੈਣ ਗਈ ਹੈ, ਮਾਸਟਰ ਨੀ ਲੱਗ ਗਈ ਮੇਰੀ ਭੈਣ ਤਾਂ। ਚੱਲ ਵਧਾਈਆਂ ਭਾਈ ਸੋਨੂੰ ਵੀ। ਹਾਂ ਭੂਆ ਤੈਨੂੰ ਵੀ ਲੱਖ ਲੱਖ ਵਧਾਈਆਂ। ਤੇ ਅੱਜ ਮੈਨੂੰ ਐਂ ਲੱਗਦਾ ਵੀ ਮੇਰੀ ਭੈਣ ਤਾਂ ਸ਼ਾਇਦ ਆਇਆ ਨਹੀਂ ਜਾਣਾ, ਮੇਰੀ ਮਾਸੀ ਕਹਿੰਦੀ ਸੀ ਵੀ ਮੈਂ ਆਉਂਗੀ। ਅੱਛਾ ਉਹਦੀ ਸੱਸ ਆਉਂਦੀ ਆ? ਹਾਂ ਉਹ ਆਊਗੀ ਅੱਜ। ਅੱਛਾ ਇਹ ਤਾਂ ਬੜਾ ਵਧੀਆ ਹੋ ਗਿਆ। ਤੇ ਭੂਆ ਨਾ ਜਿਹੜੀ ਤੂੰ ਹੁਣ ਪੈਸਿਆਂ ਵਾਲੀ ਗੱਲ ਕਰਦੀ ਆ, ਇਹ ਤਾਂ ਤੂੰ ਮੁੜ ਕੇ ਮਨ ਤੇ ਵੀ ਨਾ ਲਈ ਗੱਲ। ਨਹੀਂ ਪੁੱਤ ਇਹ ਤਾਂ ਮੈਂ ਤੈਨੂੰ ਮੋੜ ਕੇ ਜਾਉ, ਫਿਰ ਮੇਰੇ ਮਨ ਤੇ ਗੱਲ ਰਹਿੰਦੀ ਆ ਘਰੇ ਵੀ ਨਹੀਂ, ਫਿਰ ਮੇਰਾ ਜੀ ਲੱਗਦਾ। ਭੂਆ ਮੇਰੀ ਗੱਲ ਸੁਣ ਲੈ, ਇਹ ਤਾਂ ਤੂੰ ਰੱਖ ਲੈ ਭੂਆ ਮੇਰੀ ਗੱਲ ਸੁਣ, ਨਾਲੇ ਵਿੱਚ ਰੱਖੜੀਆਂ ਮੈਂ ਜੇ ਤੂੰ ਮੇਰੇ ਰੱਖੜੀ ਬੰਨਣੇ, ਹਾਂ ਫਿਰ ਤੂੰ ਰੱਖੜੀ ਬੰਨੇਗੀ। ਤੇ ਫਿਰ ਮੈਂ ਤੂੰ ਐ ਮੰਨ ਲੈ ਵੀ ਰੁਪਈਏ ਮੈਂ ਤੈਨੂੰ ਦਿੱਤੇ ਹੈ ਰੱਖੜੀ ਬੰਨੀ ਦੇ, ਮੈਂ ਪੈਸੇ ਨਹੀਂ ਲੈਂਦਾਗਾ। ਤੇ ਜਿਹੜਾ ਤੂੰ ਮੈਨੂੰ ਦੇਵੇਂਗਾ ਉਹ ਤੁਹਾਡ ਗੱਲ ਹੈ, ਜਿਹੜਾ ਮੈਂ ਹੁਣ ਲੈ ਕੇ ਗਈ ਹਾਂ ਉਹ ਤਾਂ ਤੇਰੇ ਮੋੜੂੰਗੀ ਮੈਂ ਤਾਂ। ਨਾ ਭੂਆ ਮੈਂ ਨਹੀਂ ਲੈਂਦਾਗਾ, ਕੀ ਗੱਲ ਹੈ 25,000 ਦੀ ਕੀ ਗੱਲ ਹੈਗੀ? ਨਹੀਂ ਨਹੀਂ ਪੁੱਤ ਜੇ ਮੈਂ ਮੰਗ ਕੇ ਲਈ ਹੁੰਦੀ ਚੱਲ ਫਿਰ ਤੁਹਾਡ ਗੱਲ ਸੀ। ਉਹ ਵਾਲਾ ਹੁਣ ਤੇਰੇ ਕੋਈ ਗੱਲ ਤੇ ਦਿਮਾਗ 'ਚ ਬੈਠੀ ਪਈ ਹੈ ਹਨਾ, ਤੂੰ ਤਾਂ ਮੈਨੂੰ ਹੁਣ ਐਂ ਲੱਗਦਾ ਵੀ ਮੱਲੋ ਮੱਲੀ ਮੈਨੂੰ ਪੈਸੇ ਮੋੜ ਕੇ ਜਾਏ। ਪੈਸੇ ਤਾਂ ਮੈਂ ਮੋੜ ਕੇ ਜਾਊਂਗੀ ਪੁੱਤ, ਹੋਰ ਤੰਗੋ ਮੈਂ ਲਿਆਈਆਂਗੀ। ਹਰਪ੍ਰੀਤ ਲੈ ਭੂਆ ਤਾਂ ਹੁਣ ਇੱਕੋ ਹੀ ਗੱਲ ਕਰੀ ਜਾਂਦੀ ਹੈ, ਪੈਸੇ ਮੋੜਨ ਵਾਲੇ, ਪੈਸੇ ਹੁਣ ਆਪਾਂ ਮੜਵਾਵਾਂਗੇ ਭੂਆ ਦਾ ਇਹ ਸਾਲਾ। ਭੂਆ ਤੂੰ ਆਈਆਂ ਰੱਖੜੀ ਬੰਨਣ, ਰੱਖੜੀ ਦੀ ਸਮਝ ਕੇ ਰੱਖ ਲਾ ਹੁਣ ਤੂੰ। ਨਹੀਂ ਉਹ ਤਾਂ ਜ਼ਿਆਦਾ ਕੋਈ ਨਹੀਂ, ਤੁਸੀਂ ਭੂਆ ਜੀ ਤੇ ਰਾਜਵੀਰ ਇੰਨੇ ਲੱਗੀ ਫਿਰ ਕੀ ਗੱਲ ਹੈ ਜੇ ਤੂੰ 25,000 ਭੂਆ ਅਸੀਂ ਤਾਂ ਭੁੱਲ ਗਏ ਨਾ ਪੈਸੇ, ਕੁਛ ਨੂੰ ਸਾਡੇ ਕੋਲ ਪੈਸੇ ਯਾਦ ਨਹੀਂ। ਨਹੀਂ ਪੁੱਤ ਜਿਹੜੀ ਚੋਰੀ ਹੁੰਦੀ ਤੇ ਚੋਰੀ ਹੁੰਦੀ, ਚੋਰੀ ਕੱਖ ਦੀ ਵੀ ਲੱਖ ਦੀ। ਐ ਕਰ ਭੂਆ ਤਾਂ ਮੈਂ ਮੋੜ ਕੇ ਜਾਊਂ। ਚੱਲ ਐ ਕਰ ਭੂਆ ਤੈਨੂੰ ਦੇ ਦੂਗੀ ਤੇ ਤੂੰ ਭੂਆ ਨੂੰ ਮੋੜ। ਹਾਂ ਰੱਖੜੀ ਬੰਨੀ ਦੇ ਹਨਾ, ਇਹ ਐ ਕਰ ਲਾਂਗੇ ਭੂਆ। ਨਹੀਂ ਭੂਆ ਨੂੰ ਇਹੋ ਜੂ ਮੈਂ ਮੋੜ ਗਈ ਤੇ ਤੈਨੂੰ ਇਹੋ ਜੂ ਮੈਂ ਭੂਆ ਨੂੰ ਦੇ ਦੇ। ਨਾਲੇ ਭੂਆ ਦੇ ਮਨ ਦੀ ਪੂਰੀ ਹੋ ਜੂ, ਨਾਲੇ ਮੇਰੇ ਮਨ ਦੀ ਪੂਰੀ ਹੋ ਜੂ ਹਨਾ। ਇਹ ਰੱਖੜੀ ਲੈਪੜਾ ਮੈਨੂੰ ਦੱਬਾ ਮੈਂ ਦੱਬਦਾ ਨਹੀਂ ਰੱਖ। ਭੂਆ ਪਾਣੀ ਤੂੰ ਐਂ ਕਰ, ਪਾਣੀ ਪੀ ਕੇ ਨਾ ਗਰਮੀ ਵਾਲੀ ਹੈ ਤੇ ਤੂੰ ਇਸ ਵੇਲੇ ਕਮਰੇ 'ਚ ਬਹਿ ਜਾ 2 ਮਿੰਟ। ਚੱਲ ਵਗ ਜਾਂਦੇ ਪੁੱਤ ਮੈਂ ਏਸੀ 'ਚ। ਹਾਂ ਮੈਂ ਤੇ ਇੱਧਰ ਦੇਖ ਦਾਂਗਾ ਮੱਝਾਂ ਨੂੰ ਨੀਰਾ ਨੂਰਾ ਪਾਉਣਾ ਸੀਗਾ, ਤੂੰ ਭੂਆ ਨੂੰ ਕਮਰੇ 'ਚ ਲੈ ਕੇ ਜਾ ਇਸ ਵੇਲੇ। ਮੱਝਾਂ ਨੂੰ ਨੀਰਾ ਤਾਂ ਪਾਉਣਾ ਹੈ ਨਾ, ਤੂੰ ਕਹਿੰਦਾ ਸੀ ਰਾਜਵੀਰ ਦੀ ਸੱਸ ਡੱਬਾ ਲੈ ਕੇ ਆਊਗੀ, ਆਈ ਤਾਂ ਹੈ ਨਹੀਂ। ਓਏ ਆ ਜਾਊਗੀ ਫਿਰ ਹੁਣ, ਕੋਈ ਮੈਨੂੰ ਹੁਣ ਕਿਹੜਾ ਇਹ ਪੱਕਾ ਹੀ ਪਤਾ ਵੀ ਕਿਹੜੇ ਟਾਈਮ ਆਊਗੀ, ਆਊਗੀ ਤਾਂ ਰਾਜਵੀਰ ਹੋ। ਚੱਲ ਆ ਜਾ ਭੂਆ ਅੰਦਰ, ਚੰਗਾ ਪਾਇਆ ਨੀਰਾ ਤੂੰ। ਚੰਗਾ ਮੈਂ ਮੱਝਾਂ ਨੂੰ ਨੀਰਾ ਪਾਉਣਾ। ਲੈ ਸ਼ੁਕਰ ਹੈ ਰੱਬ ਦਾ ਮਾਸੀ ਵੀ ਆਈ ਗਈ। ਲੈ ਹਰਪ੍ਰੀਤ ਤਾਂ ਮੀਣੇ ਮਾਰੀ ਜਾਂਦੀ ਸੀ, ਅੱਗੇ ਕਦੋਂ ਆਊ ਮਾਸੀ ਕਦੋਂ ਆਊ। ਲੈ ਆ ਗਈ ਵਿਚਾਰੀ, ਆ ਜਾ ਮਾਸੀ ਆ ਜਾ, ਤੈਨੂੰ ਡਿੱਕੀ ਜਾਂਦਾ ਸੀਗਾ। ਆ ਗਈ ਭਾਈ ਆ ਗਈ, ਦੇਖ ਰਹੇ ਸੀ ਹੈ। ਸਤਿ ਸ਼੍ਰੀ ਅਕਾਲ ਮਾਸੀ। ਸਤਿ ਸ਼੍ਰੀ ਅਕਾਲ, ਵਧਾਈਆਂ ਤੈਨੂੰ। ਹਾਂ ਮਾਸੀ ਤੈਨੂੰ ਵੀ ਵਧਾਈਆਂ। ਹਾਂ ਮਹਾਰਾਜ, ਆ ਤਾਂ ਬੜਾ ਵਧੀਆ ਹੋ ਗਿਆ ਹਨਾ। ਵਧੀਆ ਸੁਣ ਲਈ ਨਾ, ਅੱਜ ਫਿਰ ਮੇਰੀ ਭੈਣ ਮਾਨ ਸਾਹਿਬ ਆ ਗਈ। ਅੱਜ ਮਾਨ ਸਾਹਿਬ ਆ ਗਈ, ਉਹ ਕਹਿੰਦੀ ਡੱਬਾ ਫੜਾ ਆਈ ਬਾਈਕ ਆ। ਚਲੋ ਕੋਈ ਗੱਲ ਨੀ, ਜੇ ਡੱਬਾ ਤਾਂ ਇੱਕ ਦਿਨ ਮੰਗਰੋਂ ਆਇਆ ਤਾਂ ਵੀ ਕੋਈ ਗੱਲ ਨੀ ਸੀ, ਉਹ ਨੌਕਰੀ ਦਾ ਕੰਮ ਸੀਗਾ। ਹਾਂ ਉਹ ਜੁਆਇਨਿੰਗ ਲੈਟਰ ਲੈਣ ਗਈ ਹੈ, ਫਿਰ ਤੂੰ ਕਹੀ ਸੀ ਵੀ ਲੈਟਰ। ਹਾਂ ਹਾਂ, ਉੱਥੇ ਮੈਂ ਕਿਵੇਂ ਆ ਜੂ ਕਹਿੰਦੀ ਮੈਨੂੰ ਤਾਂ। ਉਹਨਾਂ ਵਾਸਤੇ ਮੈਂ ਫੋਨ ਬਾਰੇ ਵਾਰੀ ਲਾਇਆ। ਅੱਛਾ, ਤੇ ਭੈਣ ਵਾਲਾ ਫੋਨ ਬੰਦ ਹੀ ਆਈ ਗਿਆ, ਪਤਾ ਨਹੀਂ ਤਾਂ ਬੰਦ ਨਾ ਕਰ ਲਿਆ ਭੈਣ। ਉਹ ਬੰਦ ਕਰ ਲੈਂਦੇ ਆ, ਉਹ ਕਹਿੰਦੇ ਬੰਦ ਕਰ ਲਓ ਭਾਈ ਫੋਨ। ਹਾਂ ਨਾ, ਦਫ਼ਤਰ 'ਚ ਸਿਆਣਾ ਬੰਦਾ ਆਪ ਹੀ ਬੰਦ ਕਰ ਲੈਂਦਾ। ਹਾਂ ਤੇ ਮਾਸੀ ਲੈ ਹੁਣ ਤਾਂ ਨਾ ਤੁਸੀਂ ਮੌਜਾਂ ਕਰੋਗੀਆਂ। ਹੋਰ ਭਾਈ ਸਰ ਤਾਂ ਸੁਣ ਲਈ ਮਹਾਰਾਜ ਨੇ, ਬਾਹਲੀ ਸੋਹਣੀ ਸੁਣੀ। ਉਹ ਦੀਦੀ ਛੱਤਰੀ ਦਾ ਸਭ ਦੀ ਸੁਣਦਾ ਹੈ, ਉਹ ਸੇਨੇ ਸੁਣੀ ਆ। ਇਹ ਤਾਂ ਬਾਹਲੇ ਔਖੇ ਸੀ, ਤੁਹਾਡੇ ਕੋਲ ਹੈ ਨਹੀਂ ਸੀ ਰੁਪਏ, ਤਾਂ ਹੀ ਸਾਥੋਂ ਮੰਗਦੀਆਂ ਸੀ, ਤਾਂ ਹੀ ਨੱਕ ਬੁੱਲ ਕਢਾਉਂਦੀਆਂ ਸੀ ਰੋਜ਼ ਉੱਥੋਂ ਆ ਕੇ। ਸੁਣਾ ਕੋਈ ਜੀ ਕਰਦਾ ਸੀਗਾ ਸਾਥੋਂ ਮੰਗਣ ਨੂੰ? ਹੋਰ ਤੇ ਹੁਣ ਤਾਂ ਮਹਾਰਾਜ ਨੇ ਇਹੀ ਸੁਣੀ ਆ, ਚੱਲ ਵਾਧੂ ਪੈਸਾ ਹੋ ਜੂ ਸਾਡੇ ਕੋਲ। ਮਾਸੀ ਜਿਹੜੀ ਸਰਕਾਰੀ ਨੌਕਰੀ ਕਰਦੀ ਆ ਨਾ, ਇਹਦਾ ਤਨਖਾਹਾਂ ਵਾਲੀਆਂ ਨੇ, ਤੇ ਉਹਦੇ ਤਾਂ ਹੁਣ ਤੁਸੀਂ ਤਾਂ ਵਿਆਜ ਤੇ ਦਿਆ ਕਰੋਗੀਆਂ ਪੈਸੇ। ਰਾਜਵੀਰ ਤਾਂ ਵਧੀਆ ਪੂਰੀ ਵੱਡੀ ਨੌਕਰੀ ਤੇ ਲੱਗ ਗਈ, ਪ੍ਰੋਫੈਸਰ ਲੱਗ ਗਈ।
ਮਾਸਟਰ ਨਹੀਂ ਹੈ ਕਿ ਪ੍ਰੋਫੈਸਰ ਨਹੀਂ? ਪ੍ਰੋਫੈਸਰ ਨਹੀਂ ਲੱਗ ਗਏ ਤਾਂ ਮੈਂ ਤਾਂ ਲੈ ਮਾਸਟਰ ਨਹੀਂ ਕਹਿੰਦਾ ਸੀ ਨਾ। ਅੱਛਾ ਵੱਡੀ ਮਾਸਟਰ ਨਹੀਂ ਆ ਉਦੋਂ? ਵੱਡੀ ਮਾਸਟਰ ਨੇ 1,00,000 ਰੁਪਏ ਤਨਖਾਹ ਦਾ ਹੋ ਗਿਆ ਤਾਂ ਮਸੀ ਲਾ ਦਾ ਬੜੀ ਖੁਸ਼ੀ ਦੀ ਗੱਲ ਹੈ। ਸਾਡੇ ਦਾ ਮਹਾਰਾਜ ਨੇ ਬੜੀ ਵੱਡੀ ਗੱਲ ਸੁਣੀ ਹੈ। ਜੇ ਤੁਹਾਨੂੰ 1,00,000 ਰੁਪਏ ਵੀ ਨਹੀਂ ਦੇ ਲੋਗੇ ਮਸੀ ਸੇ ਇੰਨੇ ਪੈਸੇ ਕਿੱਥੇ ਧਰੋਗੀਆਂ? ਹਾਂ ਤੁਹਾਡੇ ਵਰਗਿਆਂ ਦੇ ਦਿਆ ਕਰਾਂਗੇ। ਹਾਂ ਇਹ ਤਾਂ ਮਸੀ ਗੱਲ ਠੀਕ ਹੈ ਨਾ, ਤੁਸੀਂ ਸਾਡੀਆਂ ਸਾਰੀਆਂ ਵੀਡੀਓ ਲਾਓ। ਵੀਡੀਓ ਲਾਉਗਾ ਮਹਾਰਾਜ। ਹਾਂ ਹੈ ਮਸੀ ਪੈਸੇ ਸਾਂਭ ਕੇ ਰੱਖਿਓ। ਲੈ ਅਸੀਂ ਜਾਣਦੇ ਨਹੀਂ ਪੈਸਾ ਸਾਹਮਣਾ, ਇੰਨਾ ਨੱਕ ਮੁੱਲ ਕਢਾਇਆ ਸੀ ਹੁਣ ਸਾਨੂੰ ਪਤਾ। ਮੈਂ ਤੁਹਾਨੂੰ ਐਂ ਤਾਂ ਨਹੀਂ ਕਹਿੰਦਾ ਤੁਸੀਂ ਸਾਹਮਣ ਨਹੀਂ ਜਾਣਦੀਆਂ, ਮੇਰੇ ਨਾਲ ਤੁਸੀਂ ਵੱਧ ਹੀ ਹੁਸ਼ਿਆਰ ਹੋ। ਆਹੋ ਮਾੜਾ ਬੇੜਾ ਵੀ ਕਹਿੰਦੇ ਚੰਗਾ ਹੀ ਹੁੰਦਾ ਹੈਗਾ, ਬੰਦੇ ਦੀ ਪਰਖ ਪਵਾਉਂਦਾ। ਹਾਂ ਮਾਸੀ ਇਹ ਤਾਂ ਗੱਲ ਠੀਕ ਹੈ। ਰਿਸ਼ਤੇਦਾਰ ਦੇਖ ਲੈ ਜਦੋਂ ਕੋਈ ਕਿਸੇ ਦੇ ਮਾੜੀ ਮੋਟੀ ਗਰੀਬੀ ਆਉਂਦੀ ਹੈ ਤੇ ਚੱਲਦਾ ਨਹੀਂ ਅਗਲਾ, ਕੋਈ ਨਹੀਂ ਚੱਲਦਾ, ਉਹਦੇ ਤਾਂ ਕੋਈ ਫੋਨ ਤੱਕ ਵੀ ਨਹੀਂ ਕਰਦਾ, ਉਹ ਨਹੀਂ ਕਰਦਾ, ਅਗਲਾ ਬੁਲਾਉਂਦਾ ਨਹੀਂ, ਅਗਲਾ ਕਹਿੰਦਾ ਪੈਸੇ ਮੰਗੂਗਾ, ਪੈਸੇ ਮੰਗੂ, ਐਂ ਹੋ ਜਾਂਦਾ ਹੈ। ਐਂ ਆ ਭਾਈ, ਨਾਲੇ ਹੁਣ ਤੱਕ ਕਿਸੇ ਨੂੰ ਕਿਹੜਾ ਰਿਸ਼ਤੇਦਾਰੀਆਂ ਦਾ ਮੋਹ ਹੈ, ਪੈਸੇ ਨਾਲ ਮੋਹ ਹੈ ਸਾਡਾ। ਇਹ ਤੂੰ ਭਾਈ ਬੜਾ ਚੰਗਾ ਸੀ, ਮੈਂ ਤਾਂ ਤੈਨੂੰ ਹਜੇ ਵੀ ਚੰਗਾ ਹੀ ਸਮਝਦੀ ਆ। ਸਾਨੂੰ ਚਾਹ ਕੋਈ ਨੱਕ ਬੁੱਲ ਵੀ ਕੱਢੇ ਕਿਵੇਂ ਕੁਝ ਕਰਿਆ, ਪਰ ਸਾਡਾ ਮਤਬਲ ਤਾਂ ਸਾਰਿਆਂ ਨਾਲ। ਮਾਸੀ ਫਿਰ ਮੇਰੀ ਭੈਣ ਸੀਗੀ, ਮੈਂ ਭੈਣ ਤੋਂ ਫਿਰ ਕਿੱਧਰ ਭੱਜ ਸਕਦਾ ਸੀਗਾ? ਤੇ ਭੈਣਾਂ ਤੋਂ ਭਾਈ ਲੁਕਦੇ ਨਹੀਂ ਹੁੰਦੇ। ਹਾਂ ਤੇ ਮਾਸੀ ਨਾ ਮੈਂ ਤਾਂ ਇੰਨਾ ਔਖਾ ਸੀਗਾ ਵਿਚਾਲੇ ਵਿਚਾਲੇ। ਹਾਂ ਸਨ ਵਿਚਾਲੇ ਸੀ ਤੂੰ ਤਾਂ। ਮੇਰੀ ਭੈਣ ਪੈਸੇ ਮੈਂ ਕਹਿੰਦੀ ਹਰ ਪਰ ਦਿੰਦੀ, ਬੁੜੀਆਂ ਦਾ ਘਰ ਘਰ ਇਹੀ ਹਾਲ ਹੈ, ਕੋਈ ਨਹੀਂ ਇਕੱਲੀ, ਬਸ ਸਾਰੀ ਦੁਨੀਆ ਦਾ ਇਹੀ ਹਾਲ ਹੈ, ਦੁਨੀਆ ਤੇ ਇਹੀ ਹਵਾ ਵਗੀ ਪਈ ਹੈ ਵੀ ਭੈਣਾਂ ਨੂੰ ਤਾਂ ਦੇਖ ਕੇ ਰਾਜੀ ਨਹੀਂ। ਹਾਂ ਤੇ ਭਰਾ ਵਿਚਾਰੇ ਕੀ ਕਰਨ, ਦੋਨਾਂ ਪਾਸੇ ਫਸ ਜਾਂਦੇ ਆ, ਸਰਦਾ ਨਹੀਂ ਗਿਆ ਫਿਰ ਜਦੋਂ ਹੁਣ। ਪਰ ਅੱਜ ਕੱਲ ਸਾਰਿਆਂ ਨੂੰ ਮਾਇਆ ਨਾਲ ਹੀ ਮੋਹ ਹੋ ਗਿਆ, ਪੈਸੇ ਦਾ ਮੋਹ ਹੈ। ਨਾਲੇ ਮਾਸੀ ਤੂੰ ਅੱਜ ਤਾਂ ਬੜਾ ਵਧੀਆ ਗਿਆ, ਅੱਜ ਤਾਂ ਮੇਰੀ ਭੂਆ ਆਈ ਹੈ ਨਾ ਬੜਾ ਹੀ ਚਿਰ ਤੋਂ। ਅੱਛਾ ਉਹ ਜਿਹੜੀ ਨਾਲ ਠੱਗੀ ਜੀ ਮਾਰੀ ਸੀ? ਮਾਸੀ ਤੂੰ ਕਾਹਨੂੰ ਗੱਲਾਂ ਛੇੜਦੀ ਹੈ, ਉਹ ਤਾਂ ਵਿਚਾਰੀ ਰੁਪਈਏ ਚੱਕੀ ਫਿਰਦੀ ਆ, 25,000 ਰੁਪਇਆ। ਅੱਛਾ ਉਹ ਵੀ ਮੋੜਨਾ ਆ? ਨਾਲੇ ਤਾਂ ਮੇਰੇ ਨਾਲ ਟੁੱਟ ਗਈ, ਨਾਲੇ ਮੇਰੀ ਭੈਣ ਨਾਲ ਟੁੱਟ ਗਈ, ਦੇਖ ਲੈ 25, ਅੱਜ ਕਹਿੰਦੀ ਹੋਇਆ ਤਾਂ ਵੀ ਮੋੜਨ ਆਈਆਂ ਲੈ। ਇਹ ਤਾਂ ਉਹ ਚੰਗੇ ਦਿਨ ਆ ਗਏ ਹੁਣ ਆਪਣੇ ਤੇ, ਗੱਲ ਪੱਕੀ ਆ ਮਾਸੀ ਹਣਾ। ਹਾਂ ਤੇਰੇ ਤੇ ਵੀ ਆ ਗਏ ਤੇ ਸਾਡੇ ਤੇ ਵੀ ਆ ਗਏ, ਗੱਲ ਹੀ ਨਹੀਂ ਸੋਚੀ ਸੀਗੀ ਸਾਡੇ ਨਾਲ ਤੇਰੇ ਤੇ ਵੀ ਚੰਗੇ ਦਿਨ ਆ ਗਏ। ਲੈ ਮੇਰੀ ਗੱਲ ਸੁਣ, ਜੇ ਭਲਾ ਕਿਸੇ ਦਾ ਕੋਈ ਆਏ ਰੁਪਈਏ ਲੈ ਜਾ, ਇੰਨੇ ਸਾਲਾਂ ਤੋਂ ਕੌਣ ਮੋੜਦਾ ਹੁੰਦਾ ਹੈ? ਤੇਨੇ ਹੁਣ ਅਸੀਂ ਮੋੜਾਂਗੇ ਤੇਰੇ। ਉਹ ਮਾਸੀ ਤੁਸੀਂ ਨਾ ਮੋੜਿਓ, ਮੈਂ ਤਾਂ ਵੀ ਕਹੇ ਪੈਸੇ ਸਾਡੇ ਕੋਲ ਹੋਣਗੇ, ਤੇਰੇ ਪਹਿਲਾਂ ਮੋੜ ਕੇ ਅਸੀਂ ਫੇਰ ਵਰਤਾਂਗੇ ਘਰੇ। ਮਾਸੀ ਤੁਸੀਂ ਮੇਰਾ ਨਾ ਉਹ ਕਰਿਓ ਹੁਣ, ਕਿਸੇ ਦਾ ਕੋਈ ਲੈਣੇ ਦੇਣੇ ਵਾਲਾ ਪੈਣਾ ਕਿਸੇ ਦੇ ਹੋਰ ਮੋੜ ਨਾ। ਤੂੰ ਬਥੇਰਾ ਸਾਡੇ ਦੀ ਮਦਦ ਕਰੀ ਹੈ, ਸਾਡੇ ਨਾਲ ਰਿਹਾ, ਅਸੀਂ ਤੇਰੀ ਮਦਦ ਜ਼ਰੂਰ ਕਰਾਂਗੇ, ਤੇਰੇ ਪੈਸੇ ਜ਼ਰੂਰ ਮੋੜਾਂਗੇ। ਚੰਗਾ ਮਾਸੀ ਜਿਵੇਂ ਤੁਹਾਡੀ ਮਨ ਦੀ ਗੱਲ ਹੋਊ। ਚਲ ਉੱਥੇ ਹਰਪ੍ਰੀਤ ਤੈਨੂੰ ਫੜਾ ਦੇ ਡੱਬਾ। ਮਾਸੀ ਐਂ ਕਰ, ਮੈਂ ਤਾਂ ਜਾਣੀ ਆ ਫਿਰ ਹੁਣ। ਨਹੀਂ ਤੂੰ ਜਾਣਾ ਨਹੀਂ ਹੈਗਾ, ਐਵੇਂ ਤੂੰ ਆਈ ਉਹਨੂੰ ਮਿਲ ਕੇ ਜਾ, ਗੱਲਬਾਤ ਕਰ। ਚਲ ਮਿਲ ਜਾਣੀ ਆ, ਉਹ ਤਾਂ ਰਾਜਵੀਰ ਆਉਣ ਵਾਲੀ ਹੋਊਗੀ ਵਿਚਾਰੀ ਆਖੂ। ਮਾਸੀ ਲੈ ਮੈਂ ਤਾਂ ਨੀਰਾ ਪਾਉਂਦਾ ਸੀਗਾ, ਤੂੰ ਨਾ ਅੰਦਰ ਹੀ ਡੱਬਾ ਲੈ ਕੇ ਜਾ। ਚੰਗਾ ਮੈਂ ਤਾਂ ਨੀਰਾ ਪਾਉਣ ਜਾਂਦਾ ਸੀਗਾ। ਚੰਗਾ ਚੋਰੀ ਠੱਗੀ ਕਰਦੀਆਂ ਫਿਰਦੀਆਂ ਅਸੀਂ ਮਹਾਰਾਜ ਸੁਣੀ ਲਈ। ਚੋਰੀ ਠੱਗੀ ਤਾਂ ਫਿਰ ਤੈਨੂੰ ਪਤਾ ਉਹਦੀ ਆਦਤ ਹੀ ਹੈ, ਨਾਲ ਮੈਨੂੰ ਲਾ ਲਿਆ ਉਂਗਲਾਂ ਤੇ, ਉਹਨੇ ਤਾਂ ਚੜਾ ਲਿਆ, ਨਾਲ ਤਾਂ ਵਰਤਣ ਲੱਗ ਗਈ ਤੇ ਮੈਨੂੰ ਤੜਾ ਕੇ ਰੱਖਤਾ। ਚੋਰੀ ਕਰ ਲਾ 1,00,000 ਰੁਪਏ ਉਹਦਾ ਨਿਆਣੀ ਸੀਗੀ, ਉਹਦਾ ਨਹੀਂ ਸੂ ਸੀ, ਤੈਨੂੰ ਵੀ ਸੂ ਨਹੀਂ ਸੀਗੀ। ਮੈਨੂੰ ਮਾਂਗਰ ਲਾ ਲਿਆ, ਮੈਨੂੰ ਕਹਿੰਦੀ ਭੂਆ ਮੈਂ ਕਰਨਾ ਕਰ, ਮੈਂ ਤਾਂ ਕਮਰਾ ਪਾਉਣਾ, ਮੈਂ ਤਾਂ ਫਲਾਨਾ ਕਰਨਾ, ਜੇ ਮੈਂ ਉਹਦੀ ਨੀ ਸੁਣਦੀ ਸੀ ਤਾਂ ਵੀ ਮਰਦੀ ਸੀ, ਜੇ ਮੈਂ ਨਹੀਂ ਕੁਛ ਕਰਦੀ ਸੀ ਤਾਂ ਵੀ ਮਰਦੀ ਸੀ। ਮਗਰ ਲੋਕ ਦੁੱਧ ਚੁੰਗਦੀ ਸੀਗੀ,
ਜਵਾਕੜੀ ਦੇ ਮਗਰ ਲਾ ਕੇ ਜਿੰਦਾ ਤੋੜਿਆ ਛੱਡ ਕੇ ਤੈਨੂੰ ਜ਼ਿੰਮੇਵਾਰੀ ਤੇ ਗਿਆ ਗੁਰਲਾਲ ਜਾਂਦਾ ਹੁੰਦਾ ਸੀ ਉਦਨ ਦਾ ਤਾਂ ਹੋਈ ਨਾ ਗਲਤੀ ਚੋਰੀ ਕਰਕੇ ਕੋਈ ਨੀ ਭੂਆ ਉਹ ਤਾਂ ਬਰਾਬਰੀ ਹੋ ਗਿਆ ਜਦੋਂ ਫਿਰ ਇਹਦੀ ਨੂੰਹ ਨੇ ਜ਼ਮੀਨ ਨਾ ਲਵਾਤੀ ਸਾਡੇ ਰਾਜਵੀਰ ਨੇ ਇਹਨੇ ਬਥੇਰਾ ਕਰੀਏ ਬੇਬੇ ਨੇ ਚਾਹ ਕਰਕੇ ਚਾਹ ਲਿਆ ਮੈਂ ਨੀ ਤੇਰੀ ਚਾਹ ਚੂ ਪੀਂਦੀ ਹੈਗੀ ਨਾ ਮੈਨੂੰ ਤੇਰੀ ਚਾਹ ਦੀ ਲੋੜ ਆ ਹਾਂ ਮੈਂ ਤਾਂ ਘਰੇ ਜਾਣੀ ਲੱਖ ਰੁਪਇਆ ਬਣਾ ਦੇ ਫਿਰ ਤਾਂ ਚਾਹ ਪੀ ਲੂਗੀ ਨਾ ਲੱਖ ਲੋੜ ਨੀ ਲੱਖ ਦੀ ਜਮਾ ਵੀ ਅੱਧ ਵੀ ਨੀ ਦਿੱਤਾ ਸੀ ਵਿਚੋਂ 25 ਦੇ ਤਾਂ ਮੈਂ ਲੈ ਗਈ ਕਮਲੀ ਮੈਂ ਤਾਂ ਹੁਣ ਦੇਣ ਆਈ ਆ ਸਭ ਤੇ ਐ ਹੁੰਦੇ ਦਿਨ ਆ ਜਾਂਦੇ ਕਿਸੇ ਚੰਗੇ ਮਾੜੇ ਦਿਨ ਸਭ ਤੇ ਆਉਂਦੇ ਆ ਤੂੰ ਇਹਨਾਂ ਨੂੰ ਆਖ ਭਾਈ ਵੀ ਬਸ ਲਿਆਈ ਨਾ ਪੈਸੇ ਆਪਣੇ ਘਰੇ ਸਭ ਕੁਛ ਹੈਗਾ ਜ਼ਮੀਨ ਦੇ ਹੁੰਦੇ ਸੀ ਮੈਂ ਉਹਨੂੰ 5 ਕਿੱਲੇ ਤਾਂ ਲੈਤੀ ਹੈ ਲੈ ਤਾਂ ਕਰਦੀ ਸੀ ਅੱਛਾ ਆਹ ਚੋਰੀਆਂ ਕਿਉਂ ਕਰਦੀ ਸੀ ਸੈਂਡਕ ਲੈਣ ਆਈ ਸੀ ਉਹ ਤਾਂ ਫਿਰ ਤੂੰ ਹੀ ਆਪਣੇ ਉਹਨੇ ਟਾਇਆ ਕਰਵਾਈ ਉਹਨੂੰ ਕੀ ਪਤਾ ਸੀ ਪੈਸੇ ਦਾ ਉਹ ਵੀ ਤੂੰ ਸੈਂਡਕ ਨਾ ਦਿੱਤੇ ਤਾਂ ਚੋਰੀ ਕਰ ਲੈ ਹੋਰ ਮੈਂ ਤਾਂ ਕੋਈ ਕਿਹਾ ਨਹੀਂ ਮੈਨੂੰ ਕੀ ਪਤਾ ਉਹਨਾਂ ਦੇ ਪੈਸੇ ਨੇ ਕਿੱਥੇ ਪਿਆ ਉਹਨੂੰ ਤਾਂ ਪਤਾ ਸੀ ਫਿਰ ਉਹਨੂੰ ਪਤਾ ਸੀ ਤਾਂ ਹੀ 1,00,000 ਰੁਪਇਆ ਭੂਆ ਤੇ ਜਿਹਨੇ ਕਰੀ ਚੋਰੀ ਆ ਭੂਆ ਦਾ ਤਾਂ ਵਿੱਚ ਨਾ ਟਿਕ ਗਿਆ ਹੁਣ ਧਾਰੀ ਚੱਲ ਪਈ ਮੈਂ ਤਾਂ ਹੁਣ ਮੋੜ ਦੂੰਗੀ ਜਿਹੜਾ 25,000 ਲੈਤਾ ਤੂੰ ਪੈਸੇ ਫੋੜਨ ਦੀ ਕਿਉਂ ਗੱਲ ਕਰੀ ਜਾਨੀ ਹੈ ਮਾਸੀ ਹੁਣ ਕੀ ਗੱਲਾਂ ਕਰਦੀ ਆ ਦੇਖ ਲੈ ਕਹਿੰਦੇ ਤੂੰ ਵੀ ਪਿੱਛੇ ਲੱਗ ਕੇ ਚੋਰੀ ਕੀਤੀ ਆ ਉਹ ਚੋਰੀ ਤਾਂ ਉਸਨੇ ਕੀਤੀ ਆ ਇਹਨੇ ਆਖਿਆਗਾ 2,00,000 ਰੁਪਇਆ ਲਿਆ ਭਾਈ ਚੋਰੀ ਕਰ ਫੇ ਮੈਂ ਤਾਂ ਆਖਿਆ ਵੀ ਚੋਰੀ ਕਰਕੇ ਲਿਆਈ ਮਾਸੀ ਤੂੰ ਸੀ ਕਰੂੰ ਲੜੀ ਜਾਨੀ ਆ ਵਿੱਚ ਕੀ ਗੱਲ ਹੈ ਜਦੋਂ ਮੈਂ ਪੈਸੇ ਲੈਂਦੇ ਹੀ ਨਹੀਂਗਾ ਮੇਰੀ ਭੂਆ ਤੋਂ
ਹੁਣ ਮੈਨੂੰ ਐ ਕਹਿੰਦੇ ਤੂੰ ਤਾਂ ਧੋਲੇ ਝਾਟੇ ਵਾਲੀ ਸੀ, ਤੂੰ ਕਿ ਚੋਰੀ ਕਰੀ? ਚੋਰੀ ਤਾਂ ਮੈਨੂੰ ਉਹਨੇ ਕੀਤੀ ਐ, ਮੈਨੂੰ ਤਾਂ ਮਗਰ ਲਾ ਲਿਆ ਭਾਈ, ਤੂੰ ਤਾਂ ਮੈਨੂੰ ਘਰ ਸਮਾ ਕੇ ਗਿਆ ਸੀ। ਉਹ ਮਾਸੀ ਮੇਰੀ ਗਲਤੀ ਤੇ ਮੇਰੀ ਭੈਣ ਦੀ ਵੀ ਓਡੀ ਐ, ਮੇਰੀ ਭੂਆ ਨੂੰ ਕਹੀ ਜਾਨੀ ਐ ਤੂੰ ਭੂਆ ਨੇ ਚੋਰੀ ਕੀਤੀ, ਆਏ ਨੀ ਕਹਿੰਦੀ ਮੇਰੀ ਨੂੰਹ ਨੇ ਕੀਤੀ ਲੱਖ ਰੁਪਏ ਚੋਰੀ। ਭੂਆ ਮੇਰੀ ਗੱਲ ਸੁਣ ਲੈ, ਦੋਨਾਂ ਦਾ ਰੱਖ ਕੇ ਨਾਲ ਮਿਲ ਕੇ ਸੋਥੋ ਗਲਤੀ ਐ, ਦੋਨਾਂ ਤੋਂ ਹੋਈ ਐ। ਮੈਨੂੰ ਤਾਂ ਪਿੱਛੇ ਲਾ ਲਿਆ, ਮੈਂ ਤਾਂ ਘਰ ਸਾਹਮਣੇ ਆਈ ਸੀ, ਮੈਨੂੰ ਕੀ ਪਤਾ ਸੀ ਵੀ ਐਂ ਤਾਂ ਦੌਲਤ ਕਿਹ ਪਵਾ ਦੂਗੀ। ਮੈਂ ਤਾਂ ਕਹਿੰਦਾ ਵੀ ਰੇਤੇ ਹੀ ਪਾ ਦਿਓ ਗੱਲ ਤੇ, ਕਿਸੇ ਦੀ ਗਲਤੀ ਹੋਈ ਨਾ ਹੋਈ, ਫਿਰ ਹੁਣ ਆਪਾਂ ਇਹ ਗੱਲਾਂ ਕਰਕੇ ਕੀ ਕਰਿਆ, ਲੜਾਈ ਨੂੰ ਕਿੰਨੀ ਮਰਜ਼ੀ ਵਧਾਈ ਜਾਓ। ਮੈਂ ਇਹੀ ਕਹਿੰਦੀ ਮਾਇਆ ਵੀ ਤੂੰ ਤਾਂ ਉਹਦੇ ਮਗਰ ਲੱਗ, ਤੂੰ ਨਿਆਣੀ ਸੀ ਤੂੰ ਬੁਲਾਨਾ ਸੀ, ਜੇ ਹੁਣ ਚੱਲ ਮਗਰ ਲਾ ਲਿਆ ਮੈਨੂੰ, ਮੈਨੂੰ 25,000 ਦੇ ਤਾ ਭਾਈ, ਮੈਂ ਉਹੀ ਗੱਲ ਉਹਦੇ ਮਗਰ ਲਾ। ਮੇਰੀ ਗੱਲ ਸੁਣ ਲੈ ਤੂੰ, ਮੇਰੀ ਮਾਸੀ ਨਾ ਅੜਬ ਤਾਂ ਹੈਗੀ ਹੈ, ਇਹ ਤਾਂ ਸੱਚੀਆਂ ਸੁਣਾਉਂਦੀ ਆ ਅਗਲੇ ਨੂੰ, ਪਰ ਮੂੰਹ ਤੇ ਅਗਲੇ ਨੂੰ ਥੋੜੀਆਂ ਕੌੜੀਆਂ ਲੱਗਦੀਆਂ ਨੇ ਗੱਲਾਂ। ਫਿਰ 1,00,000 ਰੁਪਇਆ ਵੀ ਮੁੜ ਕੇ ਜਾਵੇ ਜਿਹੜਾ ਲੈ ਕੇ ਗਈ ਹੈ, ਕੱਢ ਕੇ ਇਹਦੀ ਨੂੰ ਮੁੜ ਕੇ ਜਾਵੇ। ਕਹਿੰਦੀ ਅਸੀਂ ਸਾਰੇ ਮੋੜਾਂਗੇ, ਸਾਰੇ ਮੋੜਾਂਗੇ ਤਾਂ ਪੈਸਾ ਵੀ ਲਿਆਦੇ ਸੁਦੇ ਵਿਆਜ ਮੋੜਾਂਗੇ। ਇਹਨਾਂ ਜੀ ਹੁਣ ਕੀ ਜਾਣੇ, ਮੇਰੀ ਭੈਣ ਦੀ ਸਰਕਾਰ 1,00,000 ਰੁਪਇਆ ਹੈ। ਉਹ ਤਾਂ ਕੁੜੀ ਨੂੰ ਕੁਛ ਨਹੀਂ ਪਤਾ ਸੀ, ਐਸੇ ਨੇ ਆਖਿਆ ਸੀ ਪੈਸੇ ਲਿਆ, ਫਿਰ ਮੈਂ ਤਾਂ ਉਹਨਾਂ ਦਾ ਗਰੀਬੀ ਸੀ ਕਿਹੜਾ ਸਾਰਾ ਕੁਛ ਹੀ ਕਹਿੰਦੀ। ਹਾਂ ਇਹ ਇਹਨਾਂ ਦੇ ਕਿਹੜਾ ਸਾਰੇ ਸੀ, ਇਹਨਾਂ ਕੋਲ ਕਿਤੇ ਹੱਥ ਨਹੀਂ ਪੈਂਦਾ ਸੀ, ਤਾਂ ਹੀ ਵਿਚਾਰੀਆਂ ਆਪ ਤਾਂ ਫਿਰ ਲੱਖਾਂ ਦੇ ਲੱਖ ਲੈ ਗਈ। ਜੇ ਮੈਂ 25 ਲੈ ਲਾ ਫਿਰ ਮੈਨੂੰ ਹੁਣ ਐਂ ਕਹਿਣ ਲੱਗ ਗਈ, ਕੋਈ ਨਾ ਤੂੰ ਮੈਂ ਨਹੀਂ ਪੈਸੇ ਮੰਗਦਾ, ਤੂੰ ਕੋ ਕਰੀ ਜਾਂਦੀ ਹੈ, ਮੈਂ ਤਾਂ ਤੇਰੇ ਪੈਸੇ ਤੇ ਮੋੜ ਕੇ ਜਾਉਂ ਭਈ, ਗੱਲ ਤਾਂ ਇਹਦੇ ਨਾਲ ਲੜਾਈ ਹੈ ਮੇਰੀ। ਓਏ ਆਏ ਬੱਚੀ ਦਾ ਨਹੀਂ, ਬੱਚੀ ਚੋਰੀ ਦੀ ਹੈ, ਚੋਰੀ ਨਹੀਂ ਕਰਨੀ ਸੀ ਤੁਸੀਂ। ਕੋਈ ਨਹੀਂ ਮਾਸੀ, ਮੇਰੀ ਭੂਆ ਨਾਲ ਕੱਤ ਲੜਦੀ ਹੈ ਤਾਂ ਮਸਾ ਆਈ ਹੈਗੀ। ਮਸਾ ਤਾਂ ਆਈ ਹੈ, ਫਿਰ ਚੋਰੀ ਤਾਂ ਨਹੀਂ ਕਰਨੀ ਹੁੰਦੀ। ਕੋਈ ਨਹੀਂ, ਚੋਰੀ ਤਾਂ ਦੋਨਾਂ ਨੇ ਕਰੀ ਹੈ, ਤੇਰੀ ਨੂੰਹ ਨੇ ਵੀ ਕਰੀ, ਉਹ ਵੀ ਨਾਲ ਲੱਗੀ ਸੀ। ਮੈਂ ਨੂੰਹ ਤਾਂ ਕੋਈ ਜਵਾਬ ਨਹੀਂ ਸੀ, ਉਹ ਤਾਂ ਨਿਆਣੀ ਸੀ। ਉਹ ਤੀਜਾ ਹਿੱਸਾ, ਹਾਂ ਐਂ ਦੱਸ ਮੈਨੂੰ, ਤਨ ਹਿੱਸੇ ਤਾਂ ਉਹਨੇ ਲੈਤੇ, 75,000 ਤਾਂ ਉਹਨੇ ਲੈਤਾ, ਮੈਨੂੰ ਤਾਂ 25,000 ਮੈਨੂੰ ਕਹਿੰਦੇ ਚੋਰੀ ਤੂੰ ਕਰੀ, ਇਹਨੂੰ ਤਾਂ ਉਹੀ ਗੱਲ ਤੀਜਾ ਹਿੱਸਾ ਦਿੱਤਾ। ਹਾਂ ਤੇ ਐਂ ਦੱਸ, ਹੁਣ ਤਾਂ ਤੇਰੀ ਨੂੰਹ ਪ੍ਰੋਫੈਸਰ ਵੀ ਲੱਗ ਗਈ, ਹੁਣ ਤਾਂ 1,00,000 ਰੁਪਇਆ ਲਊਗੀ, ਹੁਣ ਤਾਂ ਇਹ ਮਹੀਨੇ ਫਿਰ ਸਾਨੂੰ 50,000-60,000 ਤਾਂ ਪਾਈ ਦਿਆ ਕਰੋਗੇ? ਅੱਜ ਤਾਂ ਉਹ ਇਕੱਠੇ ਹੀ ਮੋੜਾਂਗੇ ਇੱਕੇ ਦਿਨ। ਅੱਛਾ, ਇਕੱਠੇ ਕਰਕੇ ਮੋੜੇਗੀ? 50,000-50,000 ਨਾਲ ਤੂੰ ਕਿੱਥੇ ਰੱਜਦੀ ਹੈ, ਜਮਾ ਨਹੀਂ ਮੋੜਦੀ ਪੈਣੀ ਹਰਪ੍ਰੀਤ, ਇਹ ਪਤਾ ਹੀ ਆ ਨਾ। ਛੱਡ ਪਰੇ ਗੱਲਾਂ ਨੂੰ, ਪੈਸੇ ਤਾਂ ਹੁਣ ਮੜਵਾਵਾਂਗੀ, ਚਲ ਆ ਜਾ ਚੰਗਾ ਹੀ ਕਰ, ਤੁਸੀਂ ਕਰੋ ਗੱਲਾਂ, ਚਲ ਕੋਈ ਨਹੀਂ, ਮੈਂ ਤਾਂ ਜਾਣੀ ਆਉਣ ਵਾਲੀ ਹੈ ਰਾਜਵੀਰ। ਕੋਈ ਨਹੀਂ ਮਾਸੀ, ਚੰਗਾ ਭਾਈ ਮੈਂ ਜਾਣੀ ਆ, ਫੇਰ ਨਾ ਕਦੇ ਤੂੰ ਮੁੜ ਕੇ ਗਲਤੀ ਕਰੀ ਚੋਰੀ ਕਰਨ ਦੀ। ਤੇਰੀ ਨੂੰਹ ਨੂੰ ਸਮਝਾ ਲਈ, ਉਹੀ ਕਰਦੀ ਹੈ ਚੋਰੀ ਚੱਪੇ। ਮਾਸੀ ਮੈਨੂੰ ਐ ਲੱਗਦਾ ਮੇਰੀ ਭੂਆ ਦੀਆਂ ਗੱਲਾਂ ਦੀ ਤੂੰ ਨਾਰਾਜ਼ਗੀ ਜੀ ਮੰਨ ਗਈ ਹਨਾ। ਨਾ ਨਾਰਾਜ਼ਗੀ ਕਾਹਦੀ ਆ ਭਾਈ, ਮੈਂ ਤਾਂ ਹੁਣ ਆਪਦਾ ਤੇਰੀ ਬਹੂ ਕਹਿੰਦੀ ਪੈਸੇ ਨਹੀਂ ਮੋੜਦੇ, ਪੈਸੇ ਮੋੜਾਂਗੇ ਸੁਦੇ ਵਿਆਜ ਸਮੇਤ ਮੋੜਾਂਗੇ, ਠੀਕ ਹੈ? ਬਥੇਰੇ ਸੀ ਲੋਕਾਂ ਦੇ ਮਿਹਣੇ ਤਾਨੇ ਝੱਲ ਲਏ, ਤੇ ਹੁਣ ਸਾਡੇ ਤਾਂ ਪ੍ਰਮਾਤਮਾ ਨੇ ਸੁਣੀਆ ਹੈ। ਪੈਸਾ ਤਾਂ ਰਿਸ਼ਤੇਦਾਰ ਤੋਂ ਤਾਂ ਜਮਾ ਹੀ ਨਾ ਮੰਗੇ, ਰਿਸ਼ਤੇਦਾਰ ਤਾਂ ਮਿਹਣੇ ਦਿੰਦਾ, ਨਸਕੀ ਟੁੱਟ ਜਾਂਦੀ ਹੁੰਦੀ ਹੈ। ਮਾਸੀ ਤੇਰੀਆਂ ਗੱਲਾਂ ਦਾ ਜਮਾ ਸਾਰੀਆਂ ਸੱਚ ਨੇ, ਹਾਂ, ਨਾਲੇ ਮੇਰੀ ਭੂਆ ਨੂੰ ਵੀ ਤੂੰ ਸੱਚੀਆਂ ਗੱਲਾਂ ਸੁਣਾਈਆਂ ਨੇ, ਹਾਂ, ਤੇਰਾ ਭਤੀਜਾ ਦਾ ਤੈਨੂੰ ਐ ਛੱਡ ਕੇ ਗਿਆ ਸੀ, ਜ਼ਿੰਮੇਵਾਰੀ ਤੇ ਛੱਡ ਕੇ ਗਿਆ ਸੀ, ਜ਼ਿੰਮੇਵਾਰੀ ਤੇ ਕਰਦੀ ਤੇ ਤੂੰ ਕੀ 25,000 ਤੇ ਬੇਈਮਾਨ ਹੋ ਗਈ, ਬੇਈਮਾਨ ਹੋ ਗਈ, ਹੁਣ ਦੇਖ ਲੈ ਇਹ ਮੋੜਦਾ ਤਾਂ ਆਈ ਹੈ, ਹਾਂ, ਕਿਹਨਾਂ ਦਾ ਆਪਣੇ ਭਤੀਜੇ ਨਾਲ ਟੁੱਟ ਗਈ, ਟੁੱਟ ਗਈ, ਨਾਲੇ ਭਤੀਜੀ ਨਾਲ ਟੁੱਟ ਗਈ ਤਾਂ ਪੈਸੇ ਚੱਕੀ ਫਿਰਦੀ ਹੈ, ਹਾਂ, ਸਕੀਰੀਆਂ ਜਾਂ ਟੁੱਟ ਗਈ, ਹਾਂ, ਇਹਦੇ ਜਵਾਬ ਨੂੰ ਬਾਲੇ ਉਹ ਕਰਦੇ ਨੇ, ਲੜਦੇ ਹੋਣਗੇ, ਹਾਂ, ਲੜਦੇ ਵੀ ਤੂੰ ਗੱਲ ਚੰਗੀ ਨਹੀਂ ਕਰਕੇ, ਹਾਂ, ਵੀ ਤੈਨੂੰ ਤਾਂ ਮੇਰੇ ਮਾਮੇ ਦਾ ਮੁੰਡਾ ਛੱਡ ਕੇ ਗਿਆ ਸੀ, ਹਾਂ, ਵੀ ਜ਼ਿੰਮੇਵਾਰੀ ਤੇ ਸਿਆਣੀ ਬੰਦਾ ਕਰਕੇ, ਰਿਸ਼ਤੇਦਾਰ ਕਰਕੇ ਭੂਆ ਸੀਗੀ,
ਕੀਤੀ ਨੀ ਮੈਂ ਕਿਸੇ ਬਗਾਨੇ ਨੂੰ ਕਹਿ ਜਾਂਦਾ ਹਾਂ ਕਹਿ ਜਾਂਦਾ ਅਸੀਂ ਨੀ ਕਹੀ ਅਸੀਂ ਕੋਈ ਧੋਖਾ ਤੜੀ ਨਾ ਕਰਦੇ ਰਾਜ ਵੀ ਤਾਂ ਨਿਆਣੀ ਸੀਗੀ ਹਾਂ ਤੇ ਇਹ ਭੂਆ ਬਣ ਕੇ ਵੀ ਧੋਖਾ ਕੀਤਾ ਧੋਖਾ ਕਰਿਆ ਮਾਸੀ ਮੂੰਹ ਤੇ ਤਾਂ ਮੈਂ ਕੀ ਕਹਿ ਸਕਦਾ ਸੀਗਾ ਹਾਂ ਮੂੰਹ ਤੇ ਤਾਂ ਫਿਰ ਮਿੱਠੀਆਂ ਮਾਰ ਰਹੀ ਮੂੰਹ ਤੇ ਲੜ ਪਏ ਹੁਣ ਕੇ ਜਦੋਂ ਘਰੇ ਆਈ ਨਾ ਕਹਿੰਦੇ ਹੁੰਦੇ ਵੀ ਘਰੇ ਆਏ ਬੰਦੇ ਨਾਲ ਨੀ ਲੜਨਾ ਚਾਹੀਦਾ ਨਿਮਾ ਹੋ ਕੇ ਆਈ ਗਿਆ ਨਿਮਾ ਹੋ ਕੇ ਆਈ ਨਾਲੇ ਹੁਣ ਪੈਸੇ ਤੋਂ ਮੱਲੋ ਮੈਨੂੰ ਪਤਾ 25,000 ਰੁਪਏ ਸਿੱਟ ਕੇ ਜਾਊ ਆਹੋ ਚੱਲ ਰੱਖ ਲਈ ਤੈਨੂੰ ਕੀ ਮਾੜਾ ਆਪਣੇ ਪੈਸੇ ਨੇ ਰੱਖਣੇ ਡਾਂਗ ਮਾਰ ਸਕਦਾ ਸੀ ਸਰਿਆ ਨੀ ਤੈਨੂੰ ਵੀ ਹੁਣ ਚੁੱਪ ਕਰਕੇ ਸਬਰ ਦੀ ਘੁੱਟ ਭਰ ਕੇ ਬਹਿ ਗਿਆ ਤੂੰ ਸਬਰ ਤਾਂ ਮੱਸੀ ਆਪ ਹੀ ਸੀਗਾ ਹੁਣ ਮੈਂ ਹੁਣ ਕੀ ਕਰਦਾ ਮੈਂ ਕਾਹਦੇ ਨਾ ਲੜਾਈਆਂ ਮੈਂ 25,000 ਪਿੱਛੇ ਮੈਂ ਕਿਹਾ ਕੀ ਉਹਨਾਂ ਨਾਲ ਮੈਂ ਲੜਾਈ ਕਰਨੀ ਹੈ ਮੈਂ ਕਿਹਾ ਉਦੋਂ ਬਾਅਦ ਤਾਂ ਮੇਰੇ ਉੱਤੇ ਲੱਗ ਜਾਣਗੇ ਉੱਤੇ ਲੱਗ ਜਾਣਗੇ ਪਰ ਬਾਕੀ ਸਿਰੇ ਮੇਰੇ ਮਨ 'ਚ ਐਂ ਗੱਲ ਹੋ ਗਈ ਮੈਂ ਆਪਦੀ ਭੈਣ ਨੂੰ ਵੀ ਦੇਈ ਜਾਂਦਾ ਉਹ ਐਂ ਮੰਨ ਲੂ ਵੀ 25,000 ਈਸੇ ਨੂੰ ਦੇ ਦਿੱਤਾ ਈਸੇ ਨੂੰ ਦੇ ਦਿੱਤਾ ਕੀ ਗੱਲ ਹੈ ਚੰਗਾ ਪੁੱਤ ਤੂੰ ਰਹਿ ਕੇ ਫਿਰ ਮੈਂ ਜਾਣੀ ਆ ਚੰਗਾ ਮਸੀ ਤੂੰ ਐ ਨਾਰਾਜ਼ ਨਾ ਹੋਈ ਇਹ ਤਾਂ ਨਹੀਂ ਨਹੀਂ ਰਿਸ਼ਤੇਦਾਰੀ 'ਚ ਮਾੜੀਆਂ ਮੋਟੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਇਹ ਤਾਂ ਐਂ ਤਾਂ ਚੱਲੀ ਜਾਂਦਾ ਹੈਗਾ ਬਹੁਤ ਤੂੰ ਸਾਡੀ ਮਦਦ ਕਰੀ ਹੈ ਸਾਡੇ ਤੇ ਨਾਲ ਮਦਦ ਕਰੀ ਹੈ ਖੜਾ ਹੈ ਸਾਡੇ ਬਰਾਬਰ ਆਦੀ ਭੈਣ ਦੀ ਬਹੁਤ ਸੁਣੀ ਹੈ ਮਾਸੀ ਮੇਰੀ ਗੱਲ ਸੁਣਾ ਤੂੰ ਕਿਉਂ ਵਾਰੀ ਵਾਰੀ ਕਹੀ ਜਾਂਦੀ ਹੈ ਮਦਦ ਮੈਂ ਆਪਦੀ ਭੈਣ ਦੀ ਕੀਤੀ ਹੈ ਫਿਰ ਕੀ ਗੱਲ ਹੈ ਜੇ ਤੁਸੀਂ ਪੈਸੇ ਨਾ ਸੁੱਥੋਂ ਮੁੜੇ ਤਾਂ ਮੇਰੇ ਮੋੜ ਦਿਓ ਨਹੀਂ ਜਮਾਂ ਨਾ ਮੋੜਿਓ ਤੁਸੀਂ ਮੰਨਤੀ ਨਾਲ ਗੱਲ ਕਰਿਓ ਮੇਰੇ ਪੈਸੇ ਜ਼ਰੂਰ ਮੋੜਾਂਗੇ ਭਾਈ ਤੇਰੇ ਪੈਸੇ ਸੁਦੇ ਵਿਆਜ ਸੁਦੇ ਸਮੇਤ ਜੇ ਤੁਸੀਂ ਮੋੜ ਦਿਓਗੇ ਚੰਗੀ ਰਹੋਗੇ ਮੈਨੂੰ ਮੈਂ ਮੀਣਿਆਂ ਤੋਂ ਬਚ ਜਾਂਦਾ ਹਾਂ ਤੂੰ ਇਹ ਤਾਂ ਬਚ ਰਹੇਗਾ ਨਹੀਂ ਤੈਨੂੰ ਤਾਂ ਮਾਰ ਦੂੰ ਤਾਨਿਆਂ ਨਾਲ ਹਾਂ ਚੰਗਾ ਮਾਸੀ ਚੰਗਾ ਭਾਈ ਸਭ ਦੇ ਮੋੜ ਦਿਆਂਗੇ ਮਹਾਰਾਜ ਨੇ ਸੁਣੀਆਂ ਮੋੜਾਂਗੇ ਕਿਸੇ ਦੇ ਨਹੀਂ ਰੱਖਦੇ ਮਹਾਰਾਜ ਕਾਹਨੂੰ ਕਿਸੇ ਦੇ ਪੈਸਾ ਖਵਾਵੇ ਆਪਦੇ ਖਾ ਕੇ ਮਰ ਜਾਈਏ ਉਹੀ ਬਹੁਤ ਹੈ ਵੱਖਰੀ ਸੋਚ ਚੈਨਲ 'ਤੇ ਜਿਨ੍ਹਾਂ ਵੀਰਾਂ ਅਤੇ ਭੈਣਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕੀਤੇ ਹੈ ਅਸੀਂ ਨਾਮ ਬੋਲਣ ਜਾ ਰਹੇ ਹਾਂ ਜਸਵੰਤ ਸਿੰਘ ਬਹਾਦਰਪੁਰ ਬੀਨਾ ਜੈਨ ਗੁਰਦੇਵ ਮਾਨਸਾ ਬਲਵਿੰਦਰ ਸਿੰਘ ਚਾਨਾ ਵੀਰਪਾਲ ਕੌਰ ਚਾਨਾ ਰਾਮਗੜੀਆ ਰਤੀਆ ਹਰਿਆਣਾ ਚਰਨਜੀਤ ਕੌਰ ਭੈਰੋਵਾਲ ਕਲਾਂ ਗੁਰਿੰਦਰ ਖੰਗੂੜਾ ਲਤਾਲਾ ਜੁਗਵਿੰਦਰ ਪਾਲ ਲਵਦੀਪ ਬੁਢਲਾਡਾ ਹੈਪੀ ਜੋਸ਼ੀ ਬੌਬੀ ਰਾਜਾ ਹਾਂਗਕਾਂਗ ਮਨਜੀਤ ਕੌਰ ਨੂਰ ਮਾਨਖੇੜਾ ਹਰਵਿੰਦਰ ਕੌਰ ਰਾਮਾ ਮੰਡੀ ਜਲੰਧਰ ਪ੍ਰੇਮਿਕਾ ਯੂਪੀ ਤੋਂ ਜੱਸੀ ਯੂ ਐੱਸ ਏ ਸ਼ਿਮਲਾਪੁਰੀ ਲੁਧਿਆਣਾ ਪਰਮਜੀਤ ਕੌਰ ਸਵਰਨ ਕੌਰ ਪਿੰਕ ਨੇਲ ਸਟੂਡੀਓ ਅਰਮਾਨ ਚਾਹਲ ਸੁਖਪ੍ਰੀਤ ਸਿੰਘ ਸੰਦੋਹਾ ਹਰਜਾਪ ਸਟੂਡੀਓ ਫਕੀਰ ਚੰਦ ਸ਼ਰਮਾ ਮਾਨਵੀ ਕੌਰ ਕਾਂਤਾ ਦੇਵੀ ਹਰਮੀਤ ਕੌਰ ਕਮਲੇਸ਼ ਕੁਮਾਰੀ ਪੁਸ਼ਪਾ ਬੰਸਲ ਰਾਜੂ ਬਾਲੀਆ ਮਾਖਾ ਡਾਕਟਰ ਰਣਜੀਤ ਸਿੰਘ ਖੰਗੂੜਾ ਲਤਾਲਾ ਲੁਧਿਆਣਾ ਕੈਲਗਰੀ ਕੈਨੇਡਾ ਬਸੰਤ ਕੌਰ ਵਿਸ਼ਵਜੀਤ ਸਿੰਘ ਅਮਰ ਸਿੰਘ ਪਟਿਆਲਾ ਖੁਸ਼ੀ ਕੌਰ ਪ੍ਰਵੀਨ ਕਵਿਤਾ ਕਰੜ ਬਲਜਿੰਦਰ ਕੌਰ ਆਨੰਦਗੜ੍ਹ ਮਾਨਸਾ ਹਰਜਿੰਦਰ ਕੌਰ ਮਹਿਰਨਾ ਕਲਾਂ ਲੁਧਿਆਣਾ ਨੀਸ਼ਾ ਗੋਇਲ ਮਨਪ੍ਰੀਤ ਕੌਰ ਬਰਾੜ ਬਲਜਿੰਦਰ ਕੌਰ ਲੁਧਿਆਣਾ ਕਰਮਜੀਤ ਕੌਰ ਰੇਖਾ ਸ਼ਰਮਾ ਦਰੁਬਿਕਾ ਸ਼ਰਮਾ ਨੈਤ ਸ਼ਰਮਾ ਜਿਨ੍ਹਾਂ ਵੀਰਾਂ ਅਤੇ ਭੈਣਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕੀਤੇ ਹੈ ਕਮੈਂਟ ਕਰਨ ਲਈ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਵੀਰਾਂ ਅਤੇ ਭੈਣਾਂ ਦੇ ਨਾਮ ਬੋਲਣ ਮਨੀਓ ਰਹਿ ਗਏ ਅਸੀਂ ਦੂਸਰੀ ਵੀਡੀਓ ਦੇ ਵਿੱਚ ਜ਼ਰੂਰ ਬੋਲਾਂਗੇ
ਸਾਨੂੰ ਕਮੈਂਟ ਕਰਨ ਲਈ, ਸਾਨੂੰ ਸੁਝਾਅ ਦੇਣ ਲਈ, ਸਾਡੀ ਸਪੋਰਟ ਕਰਨ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।